ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਕਿਸੇ ਨੇ ਚੁੱਲ੍ਹੇ ਰੱਖਿਆ ਸਾਗ ਬਈ, ਕਿਸੇ ਨੇ ਬਣਿਆ ਪਨੀਰ। ਉਹਨੂੰ ਕਹਿਣਾ ਜਿਹੜੇ ਟੀਵੀ ਸੈੱਟ ਪੂਰੇ ਦੇਖੀ ਜਾਂਦੇ। ਹਾਂ ਬਈ, ਕਿਸੇ ਨੇ ਚੁੱਲ੍ਹੇ ਰੱਖਿਆ ਸਾਗ ਤੇ ਕਿਸੇ ਨੇ ਬਣਿਆ ਪਨੀਰ, ਨਾਲੇ ਸ਼ਗੀ ਚੱਲੋ ਨਾਲੇ ਵੇਖੋ ਕੰਟੀਨੀ ਮੰਡੀਰ। ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ, ਤੇ ਅੱਜ ਮੈਂ ਆ ਪਹੁੰਚਿਆ ਜੀ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ। ਸੋ ਕਾਲਜ ਦਾ ਨਾਮ ਹੈਗਾ ਜੀ ਸਤਿਅਮ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ। ਕੈਂਪਸ ਬਹੁਤ ਵਧੀਆ, ਬੱਚੇ ਮੇਰੇ ਨਾਲ ਖੜੇ ਨੇ ਨਾ, ਪੂਰੇ ਸ਼ਰਾਰਤੀ ਵੀ ਹੈਗੇ, ਫਨ ਵੀ ਕਰਦੇ ਆ ਤੇ ਆਉਂਦੇ ਨੇ, ਹਨਾ ਬੇਇੱਜ਼ਤੀ ਬੂਚੀ ਵੀ ਕਰਤੀ ਮੇਰੀ ਵਧੀਆ। ਮੈਂ ਤੁਹਾਨੂੰ ਕਿਹਾ ਵੀ ਬੇਇੱਜ਼ਤੀ ਬੂਚੀ ਜਿੰਨੀ ਮਰਜ਼ੀ ਕਰੋ, ਕੋਈ ਚੱਕਰ ਨਹੀਂ, ਹਨਾ ਵੀ ਖੁਸ਼ ਰਿਹਾ ਕਰੋ। ਸੋ ਇੱਥੋਂ ਦੇ ਬੱਚਿਆਂ ਨਾਲ ਕਰਦੇ ਹਾਂ ਗੱਲਬਾਤ। ਹਾਂ ਕੁੜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਡੀ ਛੇਤੀ ਮਾਈਕ ਫੜ ਲਿਆ, ਫੋਟੋ ਖਿੱਚਦੇ ਤੁਸੀਂ ਕਿੱਦਾਂ ਜੀ? ਬਾਅਦ ਖਿੱਚ ਲਿਆ ਨਾ ਫੋਟੋ। ਹਾਂਜੀ, ਤੁਸੀਂ ਸੋਹਣੇ ਬਹੁਤ ਲੱਗਦੇ ਪਏ। ਅੱਛਾ ਜੀ, ਹਾਂਜੀ, ਹੈਗੇ ਤੁਸੀਂ ਵੀ ਅੰਮ੍ਰਿਤਸਰ ਨਾਂ ਨੜ ਗਏ ਹੋ? ਹਾਂਜੀ। ਨਹੀਂ ਨਹੀਂ, ਤੁਸੀਂ ਬਹੁਤ ਕਿਊਟ ਹੋ। ਹਾਂਜੀ, ਹੋਰ ਹੱਸੇ ਮੜਾ ਆਇਆ? ਨਹੀਂ ਨਹੀਂ, ਥੱਲੇ ਤੇ ਘਰ ਪਰਿਵਾਰ ਸਭ ਰਾਜੀ ਖੁਸ਼ੀ? ਠੰਡ ਬਹੁਤ ਹੈ ਨਾ, ਕਰ ਰੱਖੀ ਤੁਸੀਂ? ਹਾਂਜੀ, ਤੁਸੀਂ ਕਰਤੀ? ਨਹੀਂ, ਮੈਂ ਕਿੱਥੇ, ਮੈਂ ਆਪ ਕੱਲ ਪਰਸੋਂ ਤੱਕ ਤਾਂ ਧੁੱਪ ਲੱਗਦੀ ਬਈ, ਅੱਜ ਹੀ ਹੋਈ। ਓ ਹੋ ਹੋ ਹੋ, ਤੁਸੀਂ ਕਹਿੰਦੇ ਰਵਨੀਤ ਨੇ ਆਣਾ ਨਾ ਇਸ ਕਰਕੇ। ਹਾਂਜੀ ਹਾਂਜੀ, ਓਏ ਕੁਝ ਨਹੀਂ, ਹੁਣ ਨਹੀਂ ਬੋਲਣਾ। ਮੇਰਾ ਪਹੁੰਚਾ ਨੀ ਸੈੱਟ ਕੀਤਾ ਤੂੰ ਕਮਰਿਆ? ਹੁਣ ਦੇਖੋ ਮੇਰੇ ਕਿੰਨੇ ਰੁਪਏ ਦਾ ਨੁਕਸਾਨ ਹੋ ਗਿਆ, ਤੇ ਤੁਸੀਂ ਮੈਨੂੰ ਦੁਬਾਰਾ ਸੂਟ ਸਿਲ ਕੇ ਦੋਗੇ ਜਾਂ ਫਿਰ ਮੈਨੂੰ ਕੱਪੜਾ ਪੂਰਾ ਲੈ ਕੇ ਦੋ ਦੁਬਾਰਾ? ਕਰਨਾ ਪਹਿਲਾਂ ਹੀ ਹੋ ਗਈ ਵੀ ਹਾਂ ਵੀ ਹਾਂ ਨਹੀਂ, ਹਜੇ ਮੈਂ ਟੇਲਰ ਬਣਨਾ ਜੀ, ਮੈਂ ਤਾਂ ਰਵਨੀਤ ਫਿਰਦਾ ਸੀ। ਅੱਛਾ, ਮੈਂ ਸੋਚਿਆ ਸੀ ਤਾਂ ਆਇਆ ਨਹੀਂ ਸੂਟ, ਮੈਨੂੰ ਲੱਗਾ ਤੁਸੀਂ ਬਸ। ਨਹੀਂ ਨਹੀਂ, ਇਦਾਂ ਨਹੀਂ ਹੋਇਆ ਜੀ, ਮੈਂ ਅੱਛਾ ਥੋੜਾ ਚਲੋ ਦੁਬਾਰਾ। ਹਾਂ ਹਾਂ ਭਈਆ, ਮੈਂ ਤੁਹਾਨੂੰ ਕਿਹਾ ਸੀਗਾ ਮੇਰੀ ਸਲਵਾਰ ਥੋੜੀ ਟਾਈਟ ਰੱਖਿਓ ਪਹੁੰਚੇ, ਤੁਸੀਂ ਖੁੱਲੇ ਕਰ ਦਿੱਤੇ ਹੋਏ ਐ। ਨਹੀਂ ਇਹ ਬਹੁਤ ਸੋਹਣੇ ਲੱਗ ਰਹੇ ਤੁਸੀਂ। ਨਹੀਂ, ਬਹੁਤ ਸੋਹਣੇ ਲੱਗ ਰਹੇ ਨਾ, ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਕਿੰਨੇ ਸੋਹਣਾ ਲੱਗ ਰਿਹਾ, ਕਿਆ ਬਾਤ ਹੈ, ਕੋਈ ਬਹੁਤ ਕਿਆ ਹੈ ਤੁਸੀਂ। ਇਹ ਨਵਾਂ ਟ੍ਰੇਨ ਚਲਾਇਆ ਜੀ ਅਸੀਂ, ਐਵੇਂ ਨਵਾਂ ਟ੍ਰੇਨ ਚਲਾਇਆ ਜੋ ਮੈਨੂੰ ਥੋੜੀ ਜਿਹੜੀ ਗਵਾਂਢੀ ਜੀ ਜਸਮੀਤ, ਉਹ ਵੀ ਇੱਦਾਂ ਕਰ ਕੇ ਗਈ ਹੈ ਜੀ, ਨਹੀਂ ਥੋੜੀ ਨਾਲ ਦੀ ਪ੍ਰੀਤੀ ਹੈ ਜੋ ਜਿਸ ਮੈਨੂੰ ਚਾਹੀਦੀ ਤੁਸੀਂ ਉਹ ਥੋੜੀ ਨਾ ਕੀਤੀ ਆ। ਹੁਣ ਮੇਰਾ ਕਿੰਨਾ ਨੁਕਸਾਨ ਹੋ ਗਿਆ ਦੇਖੋ, ਕਿੰਨਾ ਹੋ ਗਿਆ, ਕੱਪੜਾ ਵੀ ਖਰਾਬ ਕਰ ਦਿੱਤਾ ਤੁਸੀਂ। ਹਾਂ, ਸਟਿਚਿੰਗ ਵੀ ਤੁਹਾਨੂੰ ਦੁਬਾਰਾ ਚਾਹੀਦੀ ਹੋਊਗੀ, ਫਿਰ ਜਾਂ ਤਾਂ ਫਿਰ ਮੈਨੂੰ ਐਸੇ ਸਟਿਚਿੰਗ ਦੇ ਵਿੱਚ ਸਹੀ ਕਰਕੇ ਦਿਓ, ਬੋਲੋ ਕੀ ਕਰੋਗੇ ਹੁਣ? ਇਹ ਹੋਰ ਕੀ ਸ਼ਬਦ ਹੁੰਦੇ ਆ ਟੇਲਰ ਵਾਲੇ, ਮੈਂ ਧਾਗਾ ਵਧੀਆ ਕੀ ਹੁੰਦਾ, ਮੈਂ ਤਾਂ ਕਹਿੰਦਾ ਧਾਗੇ ਦੀ ਥੋੜੀ ਨਾ ਗੱਲ ਹੈ ਕਿ ਧਾਗੇ ਦੀ ਥੋੜੀ ਨਾ ਗੱਲ ਹੈ, ਟਾਈਟ ਕਰ ਦਈਏ ਪਹੁੰਚਾ। ਹਾਂਜੀ, ਟਾਈਟ ਕਰ, ਤੁਸੀਂ ਤਾਂ ਅਗਲੀ ਵਾਰ ਕਾਟ ਕੇ ਸਿਲ ਦਿੱਤਾ, ਹੁਣ ਇਹਨੂੰ ਜਾਂ ਦੇ ਸਹੀ ਕਰਕੇ ਦਿਓ ਜਾਂ ਮੈਨੂੰ ਨਵੀਂ ਸਲਵਾਰ ਬਣਾ ਕੇ ਦਿਓ। ਅੱਛਾ ਜੀ, ਕਰਕੇ ਦਿਓ ਕੁਝ। ਬਹੁਤ ਬੋਲਦੀਆਂ ਕੁੜੀਆਂ ਹੈ, ਦਰਜੀ ਵਿਚਾਰਾ ਇਹ ਰਹਿੰਦਾ ਮਗਰ। ਬਹੁਤ ਵਧੀਆ ਲੱਗਿਆ ਗੱਲ ਕਰਕੇ, ਧੰਨਵਾਦ। ਬਹੁਤ ਠੰਡ ਹੈ, ਟੋਪੀ ਟਾਪੀ ਪੂਰਾ ਵਧੀਆ ਗੱਲ ਹੈ ਕਵਰ। ਹਾਂਜੀ, ਹੋਰ ਠੰਡ ਬੜੀ ਹੈ, ਬੜੀ ਬੜੀ ਠੰਡ ਬੜੀ ਹੈ ਕੇ ਸਰਪੰਚੀ ਲੜੋ ਪਿੰਡ, ਜਾਂ ਤੁਸੀਂ ਥਾਣੇਦਾਰ ਲੱਗੋ, ਤੁਹਾਡੀ ਆਵਾਜ਼ ਤੇ ਐਂ ਲੱਗਦਾ ਕਿੰਨੇ ਸੀਗੇ ਜਿਹਦੇ ਕੁੜੀਆਂ ਬੋਲਦੀਆਂ ਕਿ ਕਿੰਨੇ ਸੀਗੇ ਉੱਥੇ ਬੰਦੇ, ਹਨਾ ਤੁਸੀਂ ਬੋਲੋ ਕਿੰਨੇ ਬੰਦੇ ਆਏ ਤੁਹਾਡੇ, ਆਵਾਜ਼ ਤੁਹਾਡੀ ਪੂਰਾ ਦਮ ਹੈ। ਕੀ ਨਾਂ ਕੀ ਤੁਹਾਡਾ? ਪੂਨਮ। ਨਾਂ ਵੀ ਆ ਪੂਨਮ, ਕਰਾਉਣਾ ਕਤਲ? ਕਿੱਥੋਂ ਬਿਲੋਂਗ ਕਰਦੇ ਹੋ ਜੀ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ, ਠੀਕ, ਘਰ ਪਰਿਵਾਰ ਸਭ? ਸਭ ਵਧੀਆ, ਸਭ ਵਧੀਆ। ਅੱਛਾ, ਅੰਮ੍ਰਿਤਸਰ ਕਿੱਥੇ ਰਹਿੰਦੇ ਹੋ ਜੀ? ਅਸੀਂ ਪੁਤਲੀਘਰ ਤੋਂ ਅੱਗੇ। ਪੁਤਲੀਘਰ? ਪੁਤਲੀਘਰ ਤੋਂ ਅੱਗੇ, ਠੀਕ ਹੈ ਠੀਕ ਹੈ। ਤੇ ਇਸਲਾਮਾਬਾਦ? ਹਾਂਜੀ, ਇਸਲਾਮਾਬਾਦ। ਇਸਲਾਮਾਬਾਦ, ਇਸਲਾਮਾਬਾਦ, ਬਾਦ ਇਸਲਾਮਾਬਾਦ। ਅੱਛਾ, ਮੈਂ ਸੋਚਿਆ ਵੀ ਪਾਕਿਸਤਾਨ ਜੀ ਇੱਧਰ ਹੀ ਹੈਗਾ।
ਮਾਰੋ ਕਮੈਂਟ ਦੱਬ ਕੇ ਕਮੈਂਟ ਮਾਰੋ ਉਹ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਠੂਠੀ ਉਹ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਠੂਠੀ ਕਿ ਅੱਜ ਕੱਲ ਕੁੜੀਆਂ ਦੀ ਉਹ ਬਾਂਦਰ ਵਰਗੀ ਬੂਟੀ ਦੀ ਅੱਜ ਕੱਲ ਕੁੜੀਆਂ ਦੀ ਉਹ ਬਾਂਦਰ ਵਰਗੀ ਬੂਟੀ ਬੁਰਾ ਬਹੁਤ ਬਹੁਤ ਕੇ ਬਹੁਤ ਵਧੀਆ ਆ ਆਪ ਸ਼ੇਰ ਵਰਗਾ ਏ ਕਿੱਥੋਂ ਬਿਲੋਂਗ ਕਰਦੇ ਹੋ ਜੀ ਹਾਂਜੀ ਅੰਮ੍ਰਿਤਸਰ ਤੋਂ ਡੈਡੀ ਕਰਦੇ ਜੀ ਡੈਡੀ ਲੇਬਰ ਹੀ ਆ ਜੀ ਗੁੱਡ 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 ਤੇ ਕੀ ਹੈ ਸੁਪਨਾ ਕੀ ਤੁਹਾਡਾ ਸੁਪਨਾ ਹੈ ਕੋਈ ਸੁਪਨਾ ਹੈਗਾ ਜੀ ਨਹੀਂ ਜਿਹੜਾ ਰਾਤ ਨੂੰ ਆਉਂਦਾ ਉਹ ਨਹੀਂ ਉਹ ਏਮ ਕੀ ਹੈ ਲਾਈਫ ਦਾ ਏਮ ਏਮ ਕੁਛ ਨਹੀਂ ਬਸ ਵਧੀਆ ਜੀ ਜੋਬ ਲੱਭਣੀ ਆ ਤੇ ਘਰਦਿਆਂ ਨੂੰ ਸੁੱਖ ਦੇਣਾ ਦੇਣਗੇ ਸੁੱਖ ਜਦੋਂ ਮੈਂ ਆਇਆ ਇਹਨੇ ਦੁੱਖ ਕੀਤਾ ਮੈਨੂੰ ਭਰਾਵਾ ਘਰਦਿਆਂ ਨੂੰ ਸੁੱਖ ਜ਼ਰੂਰ ਦੇਈ ਸੋ ਘਰ ਦੇ ਟੀਵੀ ਦੇਖ ਰਹੇ ਹੋਣਗੇ ਬੇਬੇ ਖੁਸ਼ ਹੋਊਗੀ ਹੈ ਮੇਰੇ ਵਾਲਾ ਬੋਲਦਾ ਹੈ ਵੀ ਇਹ ਘਰੇ ਤੱਕ ਬੱਤ ਪਾ ਕੇ ਰੱਖਦਾ ਇਹ ਸੁੱਖ ਦਊਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਕਦੋਂ ਕਰਾਉਣਾ ਵਿਆਹ ਪਤਾ ਨਹੀਂ ਹਾਲੇ ਜੀ ਘਰਦਿਆਂ ਦੀ ਮਰਜ਼ੀ ਜ਼ੁਕਾਮ ਜਿਹਾ ਹੋ ਗਿਆ ਵਿਆਹ ਵਾਲੇ ਮੋਟਰਸਾਈਕਲ ਤੇ ਆਇਆ ਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਬਰਾਤ ਤੇ ਵੀ ਮੋਟਰਸਾਈਕਲ ਤੇ ਜਾਈ ਤੂੰ ਨਹੀਂ ਘੋੜੀ ਲੈ ਕੇ ਜਾਣੀ ਆ ਚਾਹ ਦਾ ਪੂਰਾ ਬਾਈ ਨੂੰ ਠੀਕ ਰਹੀ ਹੈ ਘੋੜੀ ਵੀ ਕਹੂਗੀ ਵੀ ਆਪ ਕਹੋਗੇ ਨਹੀਂ ਨਹੀਂ ਭਰਾ ਆਪਣਾ ਬਹੁਤ ਵਧੀਆ ਘਰਦੇ ਨੂੰ ਜ਼ਰੂਰ ਸੁੱਖ ਦੇਣਾ ਜਿਹੜੀ ਗੱਲ ਕਹੀ ਹੈ ਜ਼ਰੂਰ ਹੈ ਕਿ ਨਹੀਂ ਹਾਂ ਆਓ ਸੈਂਟਰ 'ਚ ਵਧੀਆ ਹੈ ਟੋਟਰ ਦੀ ਗੱਡੀ ਹੈ ਮਫਲਰ ਮੋਫਲਰ ਇੱਦਾਂ ਹੀ ਆ ਜੀ ਟੋਰ ਸ਼ੋਰ ਮਾਰ ਕੇ ਆਈਦਾ ਰੋਜ਼ ਕੋਲੇ ਹਾਂ ਹਾਂ ਟੋਰ ਸ਼ੋਰ ਕੱਢ ਕੇ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ ਕੱਢੀ ਇੱਦਾਂ ਹੀ ਆਪਾਂ ਮਾਰ ਕੇ ਆਈਦਾ ਮੈਂ ਤਾਂ ਚਲੋ ਮਾੜੀ ਮੋਟੀ ਕੱਢ ਲੈਣਾ ਬਾਈ ਆਪਾਂ ਵੀ ਮਾੜੀ ਮੋਟੀ ਕੱਢੀ ਤੇ ਆਪਾਂ ਕਿਹੜਾ ਬਹੁਤ ਹੀਰੋ ਬਣੇ ਆ ਆਪ ਹੀ ਕਹਿੰਦੇ ਮੈਂ ਕਿਹੜਾ ਹੈਗਾ ਯਾਰ ਬਾਈ ਕੁਛ ਯਾਰ ਮੇਰੇ ਤੋਂ ਕਿਹੜਾ ਕੱਢ ਹੋਈ ਹੈ ਨਹੀਂ ਆਹ ਮਫਲਰ ਸੋਹਣਾ ਲੱਗਦਾ ਜੱਚਦੇ ਪਏ ਹੋ ਤੁਹਾਡੇ ਨਾਲ ਥੋੜਾ ਘੱਟ ਹੀ ਆ ਨਹੀਂ 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 ਬਾਈ ਨਹੀਂ ਬਰਾਬਰ 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 ਫੂਕਾਂ ਮਾਰੀ ਮਾਰੀ ਫੂਕ ਮਾਰੀ ਉਹ ਮਾਈਕ ਭਰ ਛੜੇ ਥੋਕੇ ਨਾਲ ਯਾਰ ਨਹੀਂ ਨਹੀਂ ਗੁੱਡ ਗੁੱਡ ਬਾਈ ਤੇ ਡੈਡੀ ਕਰਦੇ ਆਪਣੇ ਡੈਡੀ ਮੇਰੇ ਐਜੂਕੇਸ਼ਨ ਡਿਪਾਰਟਮੈਂਟ ਚ ਸੁਪਰਡੈਂਟ ਰਿਟਾਇਰ ਹੋਏ ਨੇ ਉਹ ਤਾਂ ਡੀਪ ਹੋ ਗਈ ਪਰਚੇ ਪਰਚੇ ਫੜੀ ਉਹਨੇ ਕਾਫੀ ਯਾਰ ਪਰਚੀਆਂ ਇਦਾਂ ਹੀ ਆ ਜੀ ਅੱਛਾ ਮੇਰੀਆਂ ਵੀ ਫੜਦੇ ਆ ਜੀ ਇਹ ਸਪੋਜ਼ ਕਰੋ ਫੜੋ ਸਪੋਜ਼ ਕਰੋ ਵੀ ਪ੍ਰਭਜੋਤ ਪੇਪਰ ਦੇ ਰਿਹਾ ਠੀਕ ਹੈ ਜੀ ਪ੍ਰਭਜੋਤ ਦੇ ਹਣਾ ਤੁਸੀਂ ਆਪਣੇ ਡੈਡੀ ਦੀ ਐਕਟਿੰਗ ਪੂਰੀ ਕਰਨੀ ਹੈ ਕਿਉਂਕਿ ਤੁਹਾਨੂੰ ਪਤਾ ਰੋਜ਼ ਹਣਾ ਆਪਣਾ ਗਾਲਾਂ ਵੀ ਪੈਂਦੀਆਂ ਹਾਂਜੀ ਹਾਂਜੀ ਗਾਲਾਂ ਦੇ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਹੈ ਨਾ ਪਿਆਰ ਕਿਤੇ ਹਫਤੇ 'ਚ ਮਿਲ ਜੇ ਮਿਲ ਜੇ ਹਾਂ ਆਹ ਪ੍ਰਭਜੋਤ ਬੈਠਾ ਸੀਗਾ ਪੇਪਰ ਦੇ ਰਿਹਾ ਪ੍ਰਭਜੋਤ ਰਾਮ ਜਾਂਦੇ ਆ ਤੇਰਾ ਇੱਥੇ ਵੀ ਇਹੀ ਕਰੋ ਜੀ ਡੈਡੀ 24 ਘੰਟੇ ਪੜਦਾ 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 ਬੰਦਾ ਪੁੱਛੇ ਬੰਦਾ ਕਿੰਨਾ ਕੁ ਪੜ ਲੇ ਇਹ ਸਪੈਸ਼ਲੀ ਆਪਣੇ ਡੈਡ ਨੂੰ ਕਹਿਣਾ ਚਾਹੁੰਦਾ ਮੈਨੂੰ ਪਤਾ ਇਰੀਟੇਟ ਕਰਦੇ ਨੇ 24 ਘੰਟੇ ਪੜਦਾ 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 ਜਦੋਂ ਦਿਲ ਹੋਏਗਾ ਉਦੋਂ ਹੀ ਪੜਾ ਨਹੀਂ ਕਹਿੰਦੇ ਵੀ ਡੈਡੀ ਘਰਦੇ ਨੂੰ ਸਮਝਾਉਣੇ ਹੁੰਦਾ ਵੀ ਉਹਦੇ ਮਾਂ ਪਿਓ ਦੀਆਂ ਗਾਲਾਂ ਦੁੱਧ ਘਿਓ ਦੀਆਂ ਨਾਲ ਹਨਾ ਬਾਕੀ ਪਿਆਰ ਹੀ ਕਰਦੇ ਬਹੁਤ ਜ਼ਿਆਦਾ ਨਾਲ ਹੀ ਆ ਗਿਆ ਵੀ ਆ ਪਿਆਰ ਵੀ ਕਰਦੇ ਇਹਨੂੰ ਪਤਾ ਘਰ ਜਾ ਕੇ ਡੈਡੀ ਅੱਜ ਚੁੱਕ ਲੈਣਾ ਕੰਮ ਨਹੀਂ ਨਹੀਂ ਗੁੱਡ ਗੁੱਡ ਬਾਈ ਕੋਈ ਚੱਕਰ ਨਹੀਂ ਸਮਾਈ ਦੇਖ ਉਹ ਤੂੰ ਜਾ ਜਾ ਹੋਰ ਸਰ ਤੂੰ ਵੀ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਚਾਹੁੰਦਾ ਕੰਟੀਨਾ ਵਿੱਚ ਦਿਨ ਲੰਘਦੇ ਤੇ ਚੈਟਿੰਗ ਕਰ ਕਰ ਰਾਤਾਂ ਕੰਟੀਨਾ ਵਿੱਚ ਦਿਨ ਲੰਘਦੇ ਤੇ ਚੈਟਿੰਗ ਕਰ ਕਰ ਰਾਤਾਂ ਚੇਤੇ ਰਹਿਣਗੀਆਂ ਇਹ ਕਾਲਜ ਦੀਆਂ ਬਾਤਾਂ ਚੇਤੇ ਰਹਿਣਗੀਆਂ ਇਹ ਕਾਲਜ ਦੀਆਂ ਬਾਤਾਂ ਹੋਏ ਕਦੇ ਸਮੋਸੇ ਕਦੇ ਬਰੈਡਾਂ ਕੀ ਟਿੱਕੀਆਂ ਕੀ ਚਾਟਾਂ ਉਹ ਚੇਤੇ ਰਹਿਣਗੀਆਂ ਇਹ ਕਾਲਜ ਦੀਆਂ ਬਾਤਾਂ ਉਹ ਚੇਤ ਔਰ ਇੱਕ ਡੇਂਜਰਸ ਗੱਲ ਹੈ ਕਿ ਮੈਥ ਦਾ ਲੈਕਚਰ ਲੱਗ ਜਾਂਦਾ ਤੇ ਹੁੰਦੀਆਂ ਨੇ ਘਬਰਾਟਾਂ ਉਹ ਚੇਤੇ ਰਹਿਣਗੀਆਂ ਇਹ ਕਾਲਜ ਦੀਆਂ ਬਾਤਾਂ ਉਹ ਚੇਤੇ ਰਹਿਣਗੀਆਂ ਇਹ ਕਾਲਜ ਦੀਆਂ ਬਾਤਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਮਾਲਕ ਹੋਰ
ਕਲਮ ਨੂੰ ਏਡੀ ਸੋਹਣਾ ਲਿਖੋ ਤੇ ਆਪਾਂ ਗੱਲ ਕਰਦੇ ਆ ਹੈ ਹੋਰ ਗਾਲਾਂ ਕੱਢਣੀ ਬਣਾ ਨਹੀਂ ਇੰਦਰ ਉਧਰ ਉਧਰ ਹੈ ਪਾਈ ਬੜਾ ਹੈ ਇਹ ਗਿੱਦੜ ਦੀ ਖਲ ਸਾਰੀ ਲਾ ਛੜੀ ਹੋਣਾ ਬਾਈ ਹਾਂਜੀ ਇਹ ਸ਼ਹਰਾਰਾ ਹੀ ਮੱਲੇ ਅੱਖਾਂ ਦੇ ਉੱਤੇ ਹਾਂਜੀ ਬੱਲੇ ਬੱਲੇ ਲਾਇਆ 20-25 ਮਿੰਟ ਲਾਏ ਆ ਹਾਂਜੀ ਐ ਤਾਂ ਨਹੀਂ ਆਉਂਦੇ ਕਾਲਜ ਹਾਂਜੀ ਹੋਰ ਕੀ ਹਾਲ ਚਾਲ ਜੀ ਵਧੀਆ ਜੀ ਕਿੱਥੋਂ ਬਿਲੋਂਗ ਕਰਦੇ ਹੋ ਅੰਮ੍ਰਿਤਸਰ ਤੋਂ ਹੀ ਕੀ ਨਾਂ ਕੀ ਤੁਹਾਡਾ ਗਗਨਦੀਪ ਕੌਰ ਗਗਨਦੀਪ ਕੌਰ ਅੱਛਾ ਕਿਹੜਾ ਹੀ ਰਗਨ ਫਾਈਨਲ ਅੱਛਾ ਘਰੇ ਮੰਮੀ ਪਿਆਰ ਕਰਦੇ ਜ਼ਿਆਦਾ ਕਿ ਡੈਡੀ ਦੋਨੋਂ ਹੀ ਨਹੀਂ ਜ਼ਿਆਦਾ ਮੰਮੀ ਮੰਮੀ ਡੈਡੀ ਦੇਖ ਰਹੇ ਟੀਵੀ ਤੇ ਕੋਈ ਗੱਲ ਨਹੀਂ ਕੰਮ ਕੀ ਕਰਦੇ ਡੈਡੀ ਪੇਰੈਂਟਸ ਡਾਕਟਰ ਆ ਡੈਡੀ ਡਾਕਟਰ ਤੁਹਾਡੇ ਹਾਂਜੀ ਕਾਦੇ ਨਹੀਂ ਬੰਦੇ ਵਾਲੇ ਕਿ ਦੂਜੇ ਡੰਗਰ ਵਾਲੇ ਨਹੀਂ ਬੰਦੇ ਵਾਲੇ ਬੰਦਿਆਂ ਵਾਲੇ ਨਾ ਆ ਬੜੋ ਬਰ ਕਰੋ ਮੜੀ ਐਕਟਿੰਗ ਡੈਡੀ ਵਾਲੀ ਕਰੋ ਠੀਕ ਹੈ ਜ਼ਰੂਰੀ ਆ ਆ ਫੋਟੋ ਫੋਟੋ ਮਾਈਕ ਐਂ ਡੈਡੀ ਦੇਖ ਰਹੇ ਠੀਕ ਹੈ ਹੁਣ ਪੇਸ਼ੈਂਟ ਆਇਆ ਇੱਕ ਠੀਕ ਹੈ ਕੀ ਹੋ ਗਿਆ ਓ ਸ਼ੂਟ ਡਟ ਬਸ ਕਰ ਓ ਜੀ ਰੱਦ ਆਂ ਜੀ ਦੱਸੋ ਕੀ ਓ ਦੋ ਜੋ ਕਾ ਅੱਛਾ ਆਲੋ ਕਾਲੀ ਕਾਲੀ ਦਵਾਈ ਦਿੱਤੀ ਕਾਲੀ ਜ਼ੁਕਾਮ ਦੀ ਜ਼ੁਕਾਮ ਦੀ ਲੋੜੀ ਨਾ ਸਿੱਕਾ ਵੇਹ ਮਾਰੀਏ ਚਾਰ ਕ ਇੱਥੇ ਪੀੜ ਹੁੰਦੀ ਇਹ ਵੈਸੇ ਸਿੱਕਾ ਮਾਰੀਏ ਸੀ ਹਾਂ ਦਵਾਈ ਦਵਾਈ ਵਾਪਸ ਲੈ ਲਓ ਚੱਕ ਚੱਕ ਲਓ ਚੱਕ ਲਓ ਅਜੇ ਦਰਦ ਹੋਣਾ ਕੀ ਪ੍ਰੋਬਲਮ ਕੀ ਤੁਹਾਨੂੰ ਪਤਾ ਨਹੀਂ ਰਾਹ ਮੋਏ ਮੋਨੇ ਡੈਗਾ ਪਰ ਕੰਮ ਕੀਤਾ ਕੋਈ ਮੋਏ ਮੋਨੇ ਮੋਨੇ ਨਹੀਂ ਆਉਂਦੇ ਆਇਆ ਆਪਣਾ ਮੁੰਡੇ ਨੇ ਇੱਕ ਬੋਲੀ ਪਾਈ ਸੀ ਹਾਂ ਉਹਦੇ ਓਪੋਜ਼ਿਟ ਕਿਹਨੇ ਪਾਈ ਸੀ ਅੱਛਾ ਖੁਸ਼ ਬੜਾ ਵੀ ਆ ਮੇਰੀ ਬੇਇੱਜ਼ਤੀ ਹੋਣੀ ਹੁਣ ਬਸੀ ਖਟਨ ਗਿਆ ਸੀ ਖੜ ਕੇ ਲਿਆਂਦੀ ਠੂਟੀ ਅੱਜ ਕੱਲ ਮੁੰਡਿਆਂ ਦੀ ਬਾਂਦਰ ਵਰਗੀ ਬੁੱਧੀ ਅੱਜ ਕੱਲ ਮੁੰਡਿਆਂ ਦੀ ਬਾਂਦਰ ਵਰਗੀ ਬੁੱਧੀ ਅੱਜ ਕੱਲ ਮੁੰਡਿਆਂ ਦੀ ਬਾਂਦਰ ਵਰਗੀ ਬੁੱਧੀ ਸੋ ਵਧੀਆ ਨਾ ਇੱਕ ਦੂਜੇ ਦੇ ਕੁੜੀਆਂ ਮੈਂ ਟੀਚਰ ਤੇ ਤੁਹਾਨੂੰ ਪਤਾ ਆਹੀ ਹੁੰਦਾ ਵੀ ਕਾਲਜ ਲਾਈਫ ਦੇ ਵਿੱਚ ਹਨਾ ਜਿਹੜੇ ਟੀਵੀ ਮੂਹਰੇ ਬੈਠੇ ਨੇ ਇਹ ਵੀ ਮਿਸ ਕਰਦੇ ਹੋਣੇ ਵੀ ਐਂ ਹਨਾ ਕੁੜੀਆਂ ਨਾਲ ਐਂ ਮੁੰਡਿਆਂ ਨਾਲ ਐਂ ਗੱਲਾਂ ਬਤਾਉਂਦੀ ਸੀਗੀਆਂ ਸੋ ਇਹ ਫਨ ਮਸਤੀ ਇੱਦਾਂ ਚੱਲਦੀ ਰਹੂਗੀ ਜੀ ਮਿਲਦੇ ਇੱਕ ਛੋਟੇ ਜਿਹੇ ਵੈਲਕਮ ਬੈਕ ਆਫਟਰ ਬ੍ਰੇਕ ਕੰਟੀਨੀ ਮੰਡੀਰ ਦੇ ਵਿੱਚ ਲੱਗੇ ਹੋਏ ਨੇ ਜੀ ਪੂਰੀਆਂ ਰੌਣਕਾਂ ਅੱਜ ਅਸੀਂ ਫਿਰਦੇ ਹਾਂ ਜੀ ਸਤਿਅਮ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅੰਮ੍ਰਿਤਸਰ ਦੇ ਵਿੱਚ ਪੈਂਦਾ ਸੋ ਜੈ ਮਾਝਾ ਜੈ ਮਾਝਾ ਕੀਤੀ ਪਈ ਇਹਨਾਂ ਨੇ ਸੋ ਮਾਝੇ ਦੇ ਸੋਹਣੇ ਸੋਹਣੇ ਚਿਹਰੇ ਦੇਖੋ ਹਾਂ ਚਿਹਰੇ ਆਹ ਇੱਧਰ ਚਿਹਰੇ ਦੇਖੋ ਇੱਧਰ ਓ ਇੱਧਰ ਇੱਧਰ ਜ਼ਿਆਦਾ ਫੋਕਸ ਫੋਕਸ ਸੋ ਬਹੁਤ ਵਧੀਆ ਰੌਣਕਾਂ ਲੱਗੀਆਂ ਜੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਬਾਈ ਹੋਰਾਂ ਨਾਲ ਆ ਤੁਸੀਂ ਆ ਜਾਓ ਬਾਈ ਕਿੱਦਾਂ ਜੀ ਵਧੀਆ ਜੀ ਕਿੱਥੋਂ ਬਿਲੋਂਗ ਕਰਦੇ ਜੀ ਮੈਂ ਬੜਾ ਕੰਪੈਲ ਕੀਤਾ ਕਿ ਤੂੰ ਆ ਹੀ ਆ ਕਾਲਜ ਅੱਜ ਵੈਸੇ ਮੈਂ ਛੁੱਟੀ ਤੇ ਹੈਗਾ ਯਾਰ ਮੇਰੇ ਯਾਰ ਜਿਵੇਂ ਡੱਬ ਹੱਥੇ ਯਾਰ ਮੇਰੇ ਖੜਦੇ ਨੇ ਨਾਲੇ ਸਾਰੇ ਬਣੇ ਥੱਲੇ ਵਾਰ ਯਾਰਾਂ ਦੀਆਂ ਯਾਰੀਆਂ ਤੋਂ ਜਾਨ ਵਾਰਦੇ ਨੇ ਉਹ ਯਾਰਾਂ ਦੀਆਂ ਯਾਰੀਆਂ ਤੋਂ ਜਾਨ ਵਾਰਦੇ ਨੇ ਤਾਂਯੋ ਹਰ ਪਾਸੇ ਹੀ ਸਲਾਮਾਂ ਹੁੰਦੀਆਂ ਸਲਾਮਾਂ ਹੁੰਦੀਆਂ ਸਲਾਮਾਂ ਹੁੰਦੀਆਂ ਯਾਰਾਂ ਦੀਆਂ ਯਾਰੀਆਂ ਨਾ ਟਹੋਰ ਜੱਗ ਤੇ ਇਹ ਕੁੜੀਆਂ ਤਾਂ ਮਨ ਪਰਚਾਵਾ ਹੁੰਦੀਆਂ ਯਾਰਾਂ ਦੀਆਂ ਯਾਰੀਆਂ ਨਾ ਟਹੋਰ ਜੱਗ ਤੇ ਇਹ ਕੁੜੀਆਂ ਤਾਂ ਮਨ ਪਰਚਾਵਾ ਹੁੰਦੀਆਂ ਜਿੱਦਾਂ ਹੁਣ ਆਹ ਗਾਣਾ ਹੁਣ ਬੀਟ ਤੇ ਸੀਗਾ ਵਧੀਆ ਹੋ ਗਿਆ ਅਗਲਾ ਗਾਣਾ ਵੀ ਇਹੀ ਹੋ ਗਿਆ ਨੱਚਣ ਟੱਪਣਾ ਤੇ ਜੇ ਆਪਾਂ ਉਹਨੂੰ ਕਵਾਲੀ ਜਗਾ ਦਈਏ ਉਹਨੂੰ ਕਵਾਲੀ ਜਗਾ ਤੇ ਮੈਂ ਇਹਦੇ ਨਾਲ ਵਧੀਆ ਜੇ ਤੁਹਾਨੂੰ ਕਵਾਲੀ ਗਾ ਹਾਂ ਕਵਾਲੀ ਗਾ ਦੋ ਹਾਂ ਇੱਕ ਨਜ਼ਰ ਮਹਿਰ ਦੀ ਤੱਕ ਲੈ ਇੱਕ ਨਜ਼ਰ ਮਹਿਰ ਦੀ ਤੱਕ ਲੈ ਇੱਕ ਨਜ਼ਰ ਮਹਿਰ ਦੀ ਤੱਕ ਲੈ ਮੇਰੇ ਸ਼ਹਿਨਸ਼ਾਹ
ਮੈਨੂੰ ਕੁੱਤਿਆਂ 'ਚ ਰੱਖ ਲੈ ਮੇਰੇ ਸ਼ਹਿਨਸ਼ਾਹ ਮੈਨੂੰ ਕੁੱਤਿਆਂ 'ਚ ਰੱਖ ਲੈ ਇੱਕ ਨਜ਼ਰ ਮਹਿਰ ਦੀ ਤੱਕ 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 ਲੈ ਮੇਰੇ ਸ਼ਹਿਨਸ਼ਾਹ ਮੈਨੂੰ ਕੁੱਤਿਆਂ 'ਚ ਰੱਖ ਲੈ ਠੀਕ ਠਾਕ ਹੁਆ ਹਿੰਦੀ ਬੋਲਦੇ ਹੋ ਨਹੀਂ ਤੁਹਾਡੇ ਇੱਧਰ ਕਹਾਂ ਹਿੰਦੀ ਚੱਲ ਪੜੀ ਐਸੀ ਲਿਆ ਹੈ ਸੀਰੀਅਸ ਐਸੀ ਕਮਾ ਕੇ ਲਿਆ ਹੈ ਅੱਛਾ ਬੋਲੋ ਹਿੰਦੀ ਆਤੀ ਹੈ ਕਿ ਨਹੀਂ ਆਤੀ ਆਪਕੋ ਆਤੀ ਹੈ ਮੁਝੇ ਤਾਂ ਨਹੀਂ ਆਤੀ ਹੈ ਖੜ ਜਾਤੀ ਆਰਾਮ ਹੀ ਬਹੁਤ ਯਾਬ ਡਾਲਦੀ ਹੈ ਹਿੰਦੀ ਆਤੀ ਹੈ ਮਾਝੇ ਮੇਂ ਵੀ ਆਤੀ ਹੈ ਮਾਝੇ ਮੇਂ ਆਤੀ ਹੈ ਹਾਂਜੀ ਮੈਂ ਕਮੈਂਟ ਕਰਨਾ ਚਾਹਤੀ ਹੂੰ ਬॉयਜ਼ ਨੇ ਹਮਕੋ ਕਮੈਂਟ ਕਰਨਾ ਪੰਜਾਬੀ ਪੰਜਾਬੀ ਮੈਂ ਕਮੈਂਟ ਕਰਨਾ ਚਾਹੁੰਦੀ ਹਾਂ ਬੋਇਜ਼ ਨੇ ਕਿਹਾ ਹੋਇਆ ਨਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਆਟਾ ਅੱਜ ਕੱਲ੍ਹ ਮੁੰਡਿਆਂ ਦਾ ਬਾਂਦਰ ਵਰਗਾ ਝਾਟਾ ਆ ਬੋਲਦਾ ਬੋਲੇ ਕਿੱਦਾਂ ਅੰਮ੍ਰਿਤਸਰ ਦਾ ਖੜਾ ਹਨਾ ਇਹ ਨਾਨ ਨੂਨ ਗਏ ਆ ਖਾਂਦੇ ਪੀਂਦੇ ਇੱਧਰ ਲੱਗਣ ਡਿਆ ਸਾਰਾ ਕੇ ਹੋਰ ਨਵੀਂ ਕਾਪੀ ਕੂਪੀ ਚੱਕੀ ਹੈ ਮੈਂ ਤੇ ਕੋਲੇ ਆਇਆ ਸੀ ਮੈਨੂੰ ਨਹੀਂ ਪਤਾ ਆ ਮੰਡੀਰ ਆਈ ਕੰਟੀਨੀ ਮੰਡੀਰ ਚੱਲ ਬਾਈ ਫਿਰ ਹੁਣ ਮੈਂ ਆ ਰਿਹਾ ਠੀਕ ਹੈ ਹੁਣ ਇੱਦਾਂ ਵੀ ਤੁਹਾਡੀਆਂ ਦੁਕਾਨਾਂ ਨਾ ਤਿੰਨ ਭਾਂਡੇ ਦੀਆਂ ਇਕੱਠੀਆਂ ਤੁਹਾਡੀਆਂ ਨਹੀਂ ਹੈਗੀਆਂ ਹੋਰ ਕੰਪਿਊਟਰ ਵੀ ਹੈਗੇ ਤਿੰਨ ਨਹੀਂ ਕਿਰਾਏ ਤੇ ਨਹੀਂ ਦੁਕਾਨ ਉਹਨਾਂ ਦੀ ਹੈਗੀ ਹੋਰ ਕੰਪਿਊਟਰ ਹੈ ਤੇ ਤੁਸੀਂ ਕਹਿਣਾ ਵੀ ਹੁਣ ਤੁਹਾਨੂੰ ਵੀ ਗਾਹਕ ਆ ਗਿਆ ਇਹ ਹੋਰ ਨਾ ਜਾਵੇ ਕਿਤੇ ਵੀ ਪੂਰਾ ਫਸਾ ਕੇ ਰੱਖਣਾ ਭਾਂਡੇ ਇੱਥੋਂ ਜਾਣਾ ਨਾ ਤਾਂ ਹੀ ਹੁੰਦਾ ਮੁਨਾਫਾ ਹਾਂਜੀ ਤੇ ਤੁਸੀਂ ਮਾੜਾ ਉੱਧਰ ਖੜੇ ਹੋ ਮੈਂ ਇੱਧਰ ਆਉਣਾ ਠੀਕ ਹੈ ਜੀ ਆਇਆ ਇਹ ਭਾ ਇੱਧਰ ਇੱਧਰ ਕੀ ਲੈਣਾ ਹੈ ਇੱਧਰ ਆਇਆ ਹਾਂ ਦੱਸ ਦੱਸ ਕੀ ਲੈਣਾ ਹੈ ਉਹ ਭਾਜੀ ਕੁੱਕਰ ਲੈਣਾ ਸੀ ਥੋੜੇ ਜਿਹੇ ਭਾਂਡੇ ਨਾ ਥੋੜੇ ਸੈੱਟ ਚਾਹੀਦੇ ਸੀਗਾ ਹਾਂਜੀ ਜੀ ਮਿਲ ਜਾਏਗਾ ਜੀ ਹਾਂਜੀ ਜੀ ਦਿਖਾਓ ਕਿੱਦਾਂ ਜੀ ਇਹ ਕੁੱਕਰ ਲੈ ਲਓ ਜੀ 550 ਦਾ ਹੈ ਜੀ ਹਾਂ 550 ਦਾ ਕੁੱਕਰ ਜੀ ਗਾਹ ਆਪਾਂ ਜਾਣ ਇਹਨਾਂ ਦੇ ਨਾਲ ਅੱਛਾ ਅੱਛਾ ਨਹੀਂ ਕੁੱਕਰ ਰਹਿਣ ਦਾ ਕੋਈ ਸੈੱਟ ਹੈਗਾ ਕੋਈ ਵਧੀਆ ਜਿਹਾ ਕੋਈ ਗਿਫਟ ਸੈੱਟ ਜਾਂ ਕੋਈ ਹੋਰ ਕੋਈ ਡਾਈਨਿੰਗ ਸੈੱਟ ਹੋਵੇ ਤੁਹਾਡੇ ਕੋਲ ਹਾਂ ਮਿਲ ਜਾਏਗਾ ਜੀ ਸੋਚਣ ਕਿੱਧਰ ਡੇ ਆ ਮੈਂ ਵੇਖਣੇ ਆ ਗਾ ਕਿ ਨਹੀਂ ਅੱਛਾ ਇਹ ਦੁਕਾਨ ਤੇ ਪਹੁੰਚ ਗਿਆ ਡੈਡੀ ਨੂੰ ਅੱਛਾ ਰਹੇ ਉੱਪਰਲੇ ਬੰਨੇ ਹਾਂ ਹੈਗਾ ਹੈਗਾ ਵੇਖਾ ਕਿਹਾ ਨਹੀਂ ਕਿਹਾ ਕਿਤੇ ਹਾਂ ਵੇਖ ਨਹੀਂ ਵੇਖਿਆ ਨਾ ਨਹੀਂ ਅਜੇ ਨਾ ਨਾ ਦਿਖਾਓ ਜੀ ਕੀ ਕੀ ਇਹਦੇ ਵਿੱਚ ਕੀ ਕੀ ਹੋਏਗਾ ਜੀ ਜੇ ਚ 12 ਪਲੇਟਾਂ ਹੋਣਗੀਆਂ ਜੀ ਹਾਂਜੀ 12 ਗਲਾਸ ਹੋਣਗੇ ਹਾਂਜੀ 12 ਕੁਆਟਰ ਪਲੇਟਾਂ ਹੋਣਗੀਆਂ ਹਾਂਜੀ ਨਾਲ ਜੱਗ ਹੋਏਗਾ ਜੀ ਰੱਟਿਆ ਵੀ ਆਇਆ ਹਾਂਜੀ ਦੁਕਾਨ ਤੇ ਵਧੀਆ ਕੰਮ ਚੱਲਦਾ ਇਹ 12 ਕਿਉਂ ਰੱਖਿਆ ਵੀਰੇ 10-8 ਕਿਉਂ ਨਹੀਂ ਰੱਖਿਆ ਨਹੀਂ ਭਾਈ 12 ਸੈੱਟ ਕਰਕੇ ਰੱਖਿਆ ਨਾ ਤੁਹਾਡੇ 12 ਜਣੇ ਘਰੇ ਨਹੀਂ ਨਹੀਂ ਤੁਹਾਡੇ ਹੋਣਗੇ ਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਦੁਕਾਨ ਵਧੀਆ ਚੱਲਦੀ ਹਾਂਜੀ ਵਧੀਆ ਚੱਲਦੀ ਭਾਂਡੇ ਤੁਹਾਡੇ ਖੜਕਦੇ ਰਹਿਣਾ ਵਿਕਦੇ ਰਹਿਣਾ ਵਿਕਦੇ ਰਹਿਣਾ ਖੜਕਦੇ ਨਹੀਂ ਹਾਂ ਸੋ ਭਾਈ ਤੁਸੀਂ ਆਓ ਜੀ ਕੀ ਨਾਂ ਜੀ ਆਪਣਾ ਰਿਸ਼ੀ ਮੋਹਨ ਰਿਸ਼ੀ ਮੋਹਨ ਜੀ ਦੋ ਨਾ ਬਾਈ ਹਾਂਜੀ ਸਰ ਅੱਛਾ ਜੀ ਗੁੱਡ ਗੁੱਡ ਤੇ ਬਾਈ ਕਿੱਦਾਂ ਮੈਨੂੰ ਪਤਾ ਲੱਗਿਆ ਤੁਸੀਂ ਵਧੀਆ ਹਨਾ ਹੋਸਟ ਕਰਦੇ ਹੋ ਜੀ ਸਰ ਗੁੱਡ ਗੁੱਡ ਬਾਈ ਮੈਂ ਤੁਹਾਡਾ ਫੈਨ ਆ ਸਰ ਨਹੀਂ ਨਹੀਂ ਬਾਈ ਆਪਾਂ ਵੈਲ ਵਿਸ਼ਰ ਕਹਿ ਰਿਹਾ ਕਰੋ ਭਰਾ ਕਹਿ ਰਿਹਾ ਨਹੀਂ ਸਰ ਮੈਂ ਤੁਹਾਡਾ ਫੈਨ ਹੈਗਾ ਮੈਂ ਨਹੀਂ ਮੈਂ ਟਰੂ ਫੈਨ ਨਹੀਂ ਨਹੀਂ ਮੈਂ ਫੈਨ ਹੈ ਨਹੀਂ ਬਾਈ ਨਾ ਨਾ ਬਾਈ ਬਾਈ ਨਾ 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 ਸਰ ਸਰ ਮੈਂ ਅਹੀਂ ਅਹੀਂ ਸਰ ਅੰਮ੍ਰਿਤਸਰੀਏ ਆਪਾਂ ਗੱਲ ਤੇ ਜਿੱਦਾਂ ਡਟ ਗਏ ਆਪਾਂ ਉੱਥੇ ਰਹਿਣਾ ਨਹੀਂ ਨਹੀਂ ਬਾਈ ਚਲੋ ਧੰਨਵਾਦ ਹਨਾ ਤੁਸੀਂ ਪਿਆਰ ਦਿੰਦੇ ਹੋ ਇੰਨਾ ਹੀ ਬਹੁਤ ਹੁੰਦਾ ਤੇ ਤੁਸੀਂ ਵੀ ਹਨਾ ਐਂਕਰਿੰਗ ਵਾਲੇ ਪਾਸੇ ਬਹੁਤ ਵਧੀਆ ਬਹੁਤ ਵਧੀਆ ਅੱਛਾ ਸਪੋਜ਼ ਕਰੋ ਵੀ ਕੁਝ ਕਰਕੇ ਦਿਖਾਓ ਜੇ ਵਧੀਆ ਇਹ ਵੀ ਹੋਸਟ ਹਨਾ ਜਾਂ ਸਪੋਜ਼ ਕਰ ਲਓ ਵੀ ਇਹੀ ਵੀ ਸਪੋਜ਼ ਕਰੋ ਕੰਟੀਨੀ ਮੰਡੀਰ ਇਹ ਰਿਸ਼ੀ 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 ਹੋਸਟ ਕਰਦਾ ਹੁੰਦਾ ਮੈਂ ਲੋਕ ਜਾਇਆ ਹਾਂ ਤੇ ਸਟਾਰਟ ਕਰੀਏ ਅਸੀਂ ਇੰਟਰਵਿਊ ਮੈਂ ਤੁਹਾਡਾ ਹੀ ਲੈਣਾ ਜੀ ਠੀਕ ਹੈ ਨਹੀਂ ਨਹੀਂ 2 ਮਿੰਟ ਬਾਅਦ ਬੁਲਾਉਣਾ ਪਹਿਲਾਂ ਕਿਸੇ ਹੋਰ ਨੂੰ ਵੀ ਬੁਲਾਉਣਾ ਐਂ ਜਿਹੇ ਦੇਖਦੇ ਹੁੰਦੇ ਨਾ ਮੇਰੇ ਵੱਲ ਬੜਾ ਮੂਰਖ ਆਣਾ ਬੜਾ ਇਹਨੂੰ ਕੀ ਪਤਾ ਹੋਰ ਬਈ ਠੀਕ ਹੈ ਤੇ ਬੇਇੱਜ਼ਤੀ ਕਰਨੀ ਲੈ ਲੈ ਜੈਕਟ ਜੈਕਟ ਦੇ ਪਾਰਟੀ ਦੀ ਅੱਛਾ ਜੇ ਹੈ ਤਾਂ ਇਹਦੇ ਵੱਲ ਦੇਖ ਲੈ ਰਵਨੀਤ ਓਕੇ ਭਾਈ ਮੈਂ ਤੁਹਾਡਾ ਫੈਨ ਹਾਂ ਬਾਈ ਓਏ ਕਰੂ ਬਾਈ ਨਮਸਕਾਰ ਸਤਿ ਸ਼੍ਰੀ ਅਕਾਲ ਰਵਨੀਤ ਆਇਆ ਲੱਗਾ ਸੀ ਇੱਕ ਤੁਹਾਡੀ ਸਵਾਗਤ ਹੈ ਜੀ ਤੁਹਾਡਾ ਕੰਟੀਨੀ ਮੰਡੀਰ ਦੇ ਵਿੱਚ ਤੇ ਅਸੀਂ ਅੱਜ ਪਹੁੰਚੇ ਹਾਂ ਸਤਿਅਮ ਕਾਲਜ ਅੰਮ੍ਰਿਤਸਰ ਦੇ ਕੈਂਪਸ 'ਚ ਕਿਆ ਬਾਤ ਹੈ ਮੁੰਡੇ ਦੇ ਪੂਰੇ ਫੱਬਦੇ ਪਏ ਨੇ ਤੇ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੈ ਤੇ ਮੈਨੂੰ ਥੋੜ੍ਹੇ ਥੋੜ੍ਹੇ ਘਬਰਾਈਆਂ ਸ਼ਕਲਾਂ ਵੀ ਦਿਖ ਰਹੀਆਂ ਨੇ ਭਾਅ ਜੀ ਤੁਸੀਂ ਆ ਜਾਓ ਸਾਡੇ ਕੋਲ
ਟੈਨਸ਼ਨ ਨਾ ਲਓ, ਆਪਾਂ ਤੰਦੀ ਨਹੀਂ ਵੜਦੇ। ਹਾਂਜੀ, ਕੀ ਨਾਮ ਹੈ ਤੁਹਾਡਾ? ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਆਪਣੀ ਕੰਟੀਨੀ ਮੰਡੀਰ 'ਚੋਂ ਇੱਕ ਕੱਪ ਚਾਹ ਦਾ ਫ੍ਰੀ ਸਪੋਂਸਰ ਕਰਾਂਗੇ, ਟੈਨਸ਼ਨ ਨਹੀਂ ਲੈਣੀ। ਅਸੀਂ ਪਹਿਲਾਂ ਥੋੜ੍ਹਾ ਗੱਲਬਾਤ ਕਰ ਲਈਏ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਰਿਸ਼ੀ ਮੋਹਨ। ਰਿਸ਼ੀ ਮੋਹਨ, ਤੁਸੀਂ ਇਸ ਤਰ੍ਹਾਂ ਕਿਉਂ ਬੋਲੇ ਜਿਹੜਾ ਨਾ ਕਰਜ਼ੇ 'ਤੇ ਲਿੱਤਾ ਹੁੰਦਾ? ਬੋਲ ਕੇ ਬੋਲੋ ਰਿਸ਼ੀ ਮੋਹਨ, ਨਾ ਹੀ ਆਪਣਾ। ਘਬਰਾਉਣ ਦੀ ਕੋਈ ਗੱਲ ਨਹੀਂ ਵੀਰੇ, ਮੈਂ ਨੰਗਲ ਤੋਂ, ਤੂੰ ਅੰਮ੍ਰਿਤਸਰ ਤੋਂ, ਡਰਨ ਦੀ ਕਾਹਦੀ ਗੱਲ ਹੈ? ਆਪਾਂ ਭਰਾ ਭਰਾ, ਪੰਜਾਬੀ ਪੰਜਾਬੀ ਭਰਾ ਭਰਾ। ਅੱਛਾ, ਅਤੇ ਕੀ ਕਰ ਰਹੇ ਹੋ ਇੱਥੇ? ਇੰਜੀਨੀਅਰਿੰਗ, ਬੀ ਸੀ ਏ, ਬੀ ਐੱਸ ਸੀ, ਆਈ ਟੀ? ਥੁੱਕ ਘੱਟ ਸੁੱਟੋ ਭਾਅ ਜੀ, ਥੁੱਕ। ਇਹ ਵੀਰੇ ਥੁੱਕ ਨਹੀਂ ਹੈ, ਇਹ ਮੀਂਹ ਪੈ ਰਿਹਾ। ਮੀਂਹ ਦੀ ਵਾਛੜ ਇੱਧਰ ਦੀ, ਮੀਂਹ ਦੀ ਵਾਛੜ ਇੱਧਰ ਦੀ ਹੈ, ਥੁੱਕ ਨਹੀਂ ਆ ਰਹੀ। ਹੌਲੀ ਕਰੋ ਭਾਈ, ਨਰਵਸ ਹੋਣੇ, ਥੁੱਕ ਸੁੱਟੀ ਜਾਣ ਡਿਆ ਬੰਦਾ। ਮੈਂ ਭਾਅ ਜੀ, ਤੁਸੀਂ ਐਂਕਰ ਭਾਈ ਏਡੇ ਵਧੀਆ ਯਾਰ, ਬਹੁਤ ਬਦਤਮੀਜ਼ ਬੱਚੇ ਆ ਸਤਿਅਮ ਕਾਲਜ ਦੇ। ਮੈਂ ਹਜੇ ਦੋ ਚਾਰ ਜਣਿਆਂ ਨਾਲ ਗੱਲ ਕੀਤੀ, ਬੜੇ ਤਰੀਕੇ ਨਾਲ ਗੱਲ ਕੀਤੀ। ਆਹ ਕੋਈ ਤਰੀਕਾ ਗੱਲ ਕਰਨਾ ਐਂਕਰ ਦਾ? ਭਾਅ ਜੀ, ਅਸੀਂ ਦਿੱਲੀਓ ਚੱਲ ਕੇ ਤੁਹਾਡੇ ਕੋਲ ਆਏ ਹਾਂ, ਬੜੀ ਗੱਲ ਇਨੋਵਾ 'ਤੇ ਆਏ ਹਾਂ। ਇੰਜੀਨੀਅਰ ਬਣ ਰਿਹਾ। ਤੇ ਅੱਛਾ, ਹੋਰ ਕੋਈ ਗੋਲ ਆਪਣਾ, ਕੋਈ ਇਸ ਤੋਂ ਇਲਾਵਾ, ਇੰਜੀਨੀਅਰਿੰਗ ਤੋਂ ਇਲਾਵਾ ਕੋਈ ਗੋਲ ਹੋਵੇ ਜ਼ਿੰਦਗੀ 'ਚ? ਗੋਲ ਭਾਜੀ, ਹਾਂ, ਕੱਲ ਪਿੰਡ ਮੈਚ ਲੱਗਿਆ ਫੁੱਟਬਾਲ ਦਾ, ਗੋਲ ਕਰਤਾ ਮੈਂ ਉੱਥੇ। ਜਿਹੜਾ ਮਰਜ਼ੀ ਚੜਦਾ, ਵਧੀਆ ਕੰਮ ਚੜਦੇ ਚੜਦੇ। ਠੀਕ ਹੈ। ਤੇ ਗੀਤ ਆਉਂਦਾ ਬਾਈ? ਬਿਲਕੁਲ ਬਾਈ। ਤੇ ਮੈਨੂੰ ਪਤਾ ਲੱਗਿਆ ਬਾਈ, ਕਹਿੰਦੇ ਆਵਾਜ਼ਾਂ ਬੂਜਾਂ ਵੀ ਖਾਸੀਆਂ ਕੱਢਦੇ ਬਾਈ, ਮਾੜੀਆਂ ਮੋਟੀਆਂ, ਥੋੜਾ ਸ਼ੌਂਕੀਆਂ ਤੋੜ ਦੇ ਕੱਢ ਲਈਦੀਆਂ ਗਾਣੇ ਸੁਣਨੇ, ਆਵਾਜ਼ਾਂ ਹੀ ਕੱਢ ਮਾੜੀ ਜਿਹੜੀ ਸ਼ੌਂਕੀਆਂ ਤੋੜ, ਆਵਾਜ਼ ਥੋੜੀ ਕੱਢ ਦਾਂਗੇ। ਘੁੱਗੀ ਭਾਈ ਦਾ ਇੱਕ ਆਪਣਾ ਸਟਾਈਲ ਹੈ, ਉਹਨਾਂ ਦੀ ਇੱਕ ਪਰਟੀਕੂਲਰ, ਉਹਨਾਂ ਦਾ ਡਾਇਲੋਗ ਹੁੰਦਾ ਜਿਸ ਤਰ੍ਹਾਂ, ਉਹਨਾਂ ਨੇ ਉਹ ਬਰਾ ਮਾਰੇ, ਫਾਦਰ ਸਾਹਿਬ ਦਾ ਰੋਲ ਕਰਦੇ ਹੁੰਦੇ ਜਿੱਦਾਂ ਬੀ ਐਨ ਸ਼ਰਮਾ, ਉਹਨਾਂ ਦਾ ਆਪਣਾ ਇੱਕ ਸਟਾਈਲ ਆ। ਕਈ ਸਾਲਾਂ ਤੋਂ ਜਿਹਨੂੰ ਚਾਹੁੰਦਾ ਸੀ ਮੈਂ, ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ, ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝਾਉਂਦਾ ਸੀ ਮੈਂ, ਜਿਹਦੇ ਪਿੱਛੇ ਮਿੱਤਰਾਂ ਨੇ ਕੀਤੀ ਪਰਵਾਨਾ ਧੁੱਪ ਛਾਂਦੀ ਏ, ਵੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ, ਲੱਗਦਾ ਤਿਆਰੀ ਉਹਦੀ ਹਾਂ ਦੀ ਏ, ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ, ਲੱਗਦਾ ਤਿਆਰੀ ਉਹਦੀ ਹਾਂ ਦੀ ਏ। ਥੈਂਕ ਯੂ ਕਿੱਧਰ ਉੱਧਰ ਹੈ, ਇੱਧਰ ਇੱਧਰ ਉਹ ਆ ਜਾਓ ਨਾ। ਪ੍ਰੋਗਰਾਮ ਆਪਾਂ ਵੀ ਨਹੀਂ ਕਰਨਾ ਜੇ ਤੱਕ ਆਉਂਦੇ ਨਹੀਂ। ਕਿੱਦਾਂ ਜੀ? ਠੀਕ ਆ। ਬੜਾ ਡਰ ਕੇ ਨਿਕਲਿਆ ਗੋਲ ਗੱਪਾ ਜਿਹਾ, ਠੀਕ ਹੋ? ਆਉਂਦੇ ਕਿਉਂ ਨਹੀਂ ਅੱਗੇ? ਵੈਸੇ ਹੀ। ਕੀ ਚੱਕਰ ਹੈ? ਕੋਈ ਨਹੀਂ, ਨਾ ਨਾ ਡਰ ਬੜਾ ਹੈ। ਬਿਲੋਂਗ ਕਿੱਥੋਂ ਕਰਦੇ ਹੋ? ਕਰੋ ਘਰ ਚ ਕੌਣ ਕੌਣ? ਸਾਰੇ ਕੌਣ? ਤੁਹਾਡੇ ਪੁੱਛਣ ਡਿਆ, ਉਹਨੂੰ ਪੁੱਛਣ ਵੀ ਕਿਹੜੇ ਜਾਣੇ ਮੇਰੇ? ਹੱਸ ਲਓ, ਇਹਨੂੰ ਕੀ ਹੋਇਆ? ਹੱਸਣਾ ਵੀ ਜ਼ਰੂਰ ਹੈ, ਹੱਥ ਵੀ ਰੱਖਣਾ। ਜਾਓ 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 ਜੀ, ਜਾਓ ਜਾਓ ਮਹਾਰਾਜ। ਕਹਿੰਦੀ ਮੈਂ ਚੱਲਦੀ ਹਾਂ ਵੀ, ਇਹਦਾ ਕਮਲਾ। ਕੀ ਹਾਲ ਚਾਲ ਜੀ? ਵਧੀਆ ਜੀ। ਕਿੱਥੋਂ ਬਿਲੋਂਗ ਕਰਦੇ ਹੋ ਬਾਈ ਜੀ? ਅੰਮ੍ਰਿਤਸਰ ਤੋਂ। ਓਕੇ, ਕੀ ਨਾਮ ਹੈ ਵੀਰੇ? ਮਨਵਿੰਦਰ। ਮੈਨੂੰ ਪੁੱਛੋ, ਪਤਾ ਲੱਗੇ ਤੁਸੀਂ ਗੀਤਕਾਰ, ਸ਼ੌਂਕ ਸੁਣਾਓ ਫਿਰ ਬਾਈ। ਤੁਸੀਂ ਜਦ ਕੋਲ ਹੁੰਦੇ ਹੋ ਇਹ ਦਿਲ ਖਿੜਿਆ ਹੀ ਰਹਿੰਦਾ, ਨਿਤਰਾਵਾਂ ਤੱਕਦਾ ਏ ਇਹ ਦਿਲ ਉੱਠਦਾ ਤੇ ਬਹਿੰਦਾ, ਇਹ ਜਾਨੀ ਮਾਨਤ ਤੇਰੀ ਨੇ ਮੇਰੇ ਸਾ ਦਿਲਦਾਰਾ, ਵੇਲੇ ਦੋਹੀ ਮਾੜੇ ਨੇ
ਇੱਕ ਤੇਰੇ ਆਉਣ ਤੋਂ ਪਹਿਲਾਂ ਇੱਕ ਤੇਰੇ ਜਾਣ ਤੋਂ ਯਾਰ ਵੇਲੇ ਦੋਹੀ ਮਾੜੇ ਨੇ ਇੱਕ ਤੇਰੇ ਆਉਣ ਤੋਂ ਪਹਿਲਾਂ ਇੱਕ ਤੇਰੇ ਜਾਣ ਤੋਂ ਯਾਰ ਸੋ ਮਸਤੀ ਇੱਦਾਂ ਹੀ ਕੰਟੀਨਿਊ ਰਹੂਗੀ ਜੀ ਹਨਾ ਰੌਣਕਾਂ ਇੱਦਾਂ ਲੱਗਦੀਆਂ ਰਹਿਣਗੀਆਂ ਪਰ ਵੇਲਾ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦਾ ਇੱਕ ਨਿੱਕੇ ਜੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ ਅਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅੰਮ੍ਰਿਤਸਰ ਅਸੀਂ ਫਿਰਦੇ ਹਾਂ ਅਤੇ ਇਸ ਕਾਲਜ ਦੇ ਸ਼ਾਨਦਾਰ ਕੈਂਪਸ ਦੇ ਡਾਕਟਰ ਆਰ ਕੇ ਬੇਦੀ ਸਾਹਿਬ ਜਿਹੜੇ ਕਿ ਪ੍ਰਿੰਸੀਪਲ ਨੇ ਉਹ ਸਰ ਮੇਰੇ ਨਾਲ ਖੜ੍ਹੇ ਨੇ ਸਰ ਪਹਿਲਾਂ ਤਾਂ ਕਾਲਜ ਤੁਹਾਡਾ ਬਹੁਤ ਵਧੀਆ ਅਤੇ ਬੱਚੇ ਤੁਹਾਡੇ ਬਹੁਤ ਐਕਟਿਵ ਹੈਗੇ ਨੇ ਇਹ ਗੱਲ ਤੁਹਾਨੂੰ ਬੜਾ ਬੜਾ ਸ਼ੁਕਰੀਆ ਸਾਡਾ ਕਾਲਜ ਇੱਕ ਬੜਾ ਟੋਪ ਕਲਾਸ ਪੰਜਾਬ ਦੇ ਵਿੱਚ ਇੰਸਟੀਚਿਊਟ ਹੈਗਾ ਔਰ ਇਸ ਦੇ ਵਿੱਚ ਅਸੀਂ ਜਿਹੜੇ ਕੋਰਸਿਸ ਔਫਰ ਕਰ ਰਹੇ ਹਾਂ ਉਹ ਇੰਜੀਨੀਅਰਿੰਗ ਦੇ ਹੈਗੇ ਆ ਮੈਨੇਜਮੈਂਟ ਦੇ ਹੈਗੇ ਆ ਔਰ ਪੋਲੀਟੈਕਨਿਕ ਦੇ ਹੈਗੇ ਆ ਔਰ ਸਾਡੇ ਕੋਲ ਇਸ ਵਕਤ ਅਰਾਊਂਡ 3000 ਬੱਚਾ ਇਸ ਵਕਤ ਪੜ੍ਹ ਰਿਹਾ ਦੋਨਾਂ ਕੈਂਪਸ ਦੇ ਵਿੱਚ ਥੈਂਕ ਯੂ ਸਰ ਜੀ ਸੋ ਸਤਿਅਮ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸਾਹਿਬ ਸ਼੍ਰੀ ਰਜੇਸ਼ ਭਾਰਦਵਾਜ ਜੀ ਸਾਡੇ ਵਿੱਚ ਨੇ ਅਤੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਹਣੇ ਲੱਗ ਰਹੇ ਹੋ ਸਕਾਫ ਜੱਚ ਰਿਹਾ ਠੀਕ ਹੈ ਥੈਂਕ ਯੂ ਹਾਂਜੀ ਹਾਂਜੀ ਮੈਂ ਸੋਚਿਆ ਮੇਰੀ ਵੀ ਕਰਨਗੇ ਤਰੀਫ ਯਾਦ ਹੋਵੇ ਸੋਹਣੇ ਪਰ ਗੱਲ ਤੁਹਾਡਾ ਪੁੱਛਣ ਦਾ ਅੰਦਾਜ਼ ਹੀ ਇੰਨਾ ਵਧੀਆ ਕਿ ਮੈਨੂੰ ਕੋਈ ਜਵਾਬ ਨਹੀਂ ਆ ਰਿਹਾ ਅੱਛਾ ਅੱਛਾ ਨਹੀਂ 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 ਅੱਛਾ ਸਰ ਇਹ ਐਡਾ ਵੱਡਾ ਹਨਾ ਤੁਸੀਂ ਸਤਿਅਮ ਗਰੁੱਪ ਚਲਾਇਆ ਜੀ ਬਹੁਤ ਵਧੀਆ ਹਨਾ ਐਜੂਕੇਸ਼ਨ ਫੀਲਡ ਦੇ ਵਿੱਚ ਕਿਵੇਂ ਤੁਸੀਂ ਆਏ ਕਿਵੇਂ ਸੋਚਿਆ ਐਕਚੁਲੀ ਮੇਰੇ ਫਾਦਰ ਸਾਹਿਬ ਔਰ ਗ੍ਰੈਂਡ ਫਾਦਰ ਸਾਹਿਬ ਜੀ ਦੋਨੋਂ ਐਜੂਕੇਸ਼ਨਸ ਨੇ ਐਜ਼ ਅ ਟੀਚਰ ਹੁੰਦਿਆਂ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਇਸ ਏਰੀਆ ਦੇ ਵਿੱਚ ਐਜੂਕੇਸ਼ਨ ਨੂੰ ਜਾਗਰਿਤ ਕਰਾਂ ਔਰ ਮੇਰਾ ਆਪਣਾ ਇੱਕ ਸਕੂਲ ਹੋਵੇ ਜਾਂ ਮੈਂ ਬੱਚਿਆਂ ਨੂੰ ਪੜ੍ਹਾਵਾਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਸਕੂਲ ਖੋਲ੍ਹਿਆ ਦੋ ਬੱਚਿਆਂ ਦੇ ਨਾਲ ਠੀਕ ਹੈ ਜੋ ਸਕੂਲ ਨੂੰ ਉਹ ਵਧਾਉਂਦੇ ਇਹ ਇਸ ਗਰੁੱਪ ਤੱਕ ਲੈ ਕੇ ਗਏ ਨੇ ਜਿਸ ਵਿੱਚ ਇਸ ਟਾਈਮ 'ਤੇ 18-19 ਇੰਸਟੀਟਿਊਸ਼ਨ ਚੱਲ ਰਹੇ ਨੇ ਅਜੇ ਵੀ ਉਹ ਕੰਮ ਕਰ ਰਹੇ ਨੇ ਹੀ 90 ਇਅਰਸ ਓਲਡ ਲੇਕਿਨ ਅਜੇ ਵੀ ਆਪਣੇ ਇੰਸਟੀਟਿਊਸ਼ਨ ਜਾਂਦੇ ਨੇ ਆਪਣੇ ਔਰ ਉਹਨਾਂ ਦੀ ਇੰਸਪੀਰੇਸ਼ਨ ਹੀ ਹੈ ਕਿ ਜੋ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਇਸ ਐਜੂਕੇਸ਼ਨ ਗਰੁੱਪ ਨੂੰ ਅੱਗੇ ਵਧਾਇਆ ਜਾ ਬਿਲਕੁਲ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਸੋ ਨਾਈਸ ਹੋ ਸੇਮ ਹੈ ਬੜੇ ਅੱਛੇ ਲੱਗ ਰਹੇ ਹੋ ਕਹਿਤਾ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਠੀਕ ਠਾਕ ਜੀ ਤਬੀਅਤ ਠੀਕ ਨੇ ਹਾਂਜੀ ਹਾਂਜੀ ਅਤੇ ਅੱਛਾ ਜੇ ਸਪੋਜ਼ ਕਰੋ ਵੀ ਕਲਾਸ ਨੂੰ ਤੁਸੀਂ ਪੜ੍ਹਾ ਰਹੇ ਹੋ ਜੀ ਹੈਨਾ ਜੀ ਅਤੇ ਮੇਰੇ ਵਰਗਾ ਹੋਣਹਾਰ ਜਿਹਾ ਪਿਆਰਾ ਜਿਹਾ ਨੋਟੀ ਜਿਹਾ ਹੈ ਨਾ ਸ਼ਰਾਰਤੀ ਜਿਹਾ ਬਹੁਤ ਹੈ ਨਾ ਗੁੱਸਾ ਬਹੁਤ ਚੜ੍ਹਦਾ ਵੀ ਇਹ ਕਿੱਥੇ ਪਾਇਆ ਮਾਪਿਆਂ ਨੇ ਵਿਚਾਰਾ ਹੈਨਾ ਅਤੇ ਜੇ ਕੋਈ ਇੱਧਰ ਬਹੁਤ ਤੰਗ ਕਰਦਾ ਕਲਾਸ ਦੇ ਵਿੱਚ ਬਹੁਤ ਸ਼ਰਾਰਤ ਕਰਦਾ ਉਹਨੂੰ ਕਿਵੇਂ ਟੈਕਲ ਉਹਨੂੰ ਪਿਆਰ ਨਾਲ ਸਮਝਾਉਂਦੇ ਹੋ ਕਿ ਰਾਜੇ ਐਂ ਕਰ ਲਓ ਜਾਂ ਫਿਰ ਵੀ ਰਾਜੇ ਨਹੀਂ ਨਹੀਂ ਕਿ ਮਾਈਕ ਫੜਿਓ ਜੀ ਅਤੇ ਉਹੀ ਹੈ ਨਾ ਮੈਂ ਇੱਕ ਬਹੁਤ ਸ਼ਰਾਰਤ ਕਰ ਲਈ ਹੈ ਕਲਾਸ ਦੇ ਵਿੱਚ ਬੱਚੇ ਆਪ ਕੰਮ ਕੰਪਲੀਟ ਕਰਕੇ ਆਏ ਹੋ ਕਿ ਨਹੀਂ ਆਏ ਬਸ ਰਾਤ ਨੂੰ ਲਾਈਟ ਚੱਲ ਗਈ ਇਹ ਕੋਈ ਐਕਸਕਿਊਜ਼ ਨਹੀਂ ਹੁੰਦਾ ਮੈਮ ਮੈਂ ਜਿਉਂ ਹੀ ਬੈਠਿਆ ਮੈਨੂੰ ਨਾ ਬਹੁਤ ਟੈਨਸ਼ਨ ਬਹੁਤ ਸੀਗੀ ਪਹਿਲਾਂ ਹੀ ਫਿਰ ਇੱਕ ਲਾਈਟ ਚੱਲ ਗਈ ਫਿਰ ਸਾਰੀ ਰਾਤ ਨਹੀਂ ਲਾਈਟ ਹੋਈ ਇਹ ਤਾਂ ਕੋਈ ਐਕਸਕਿਊਜ਼ ਹੀ ਨਹੀਂ ਹੈ ਨਾ ਆਪਕੋ ਕਾਮ ਦੀਆ ਤਾਂ ਆਪ ਕੈਂਡਲ ਜਗਾ ਕੇ ਆਪਣਾ ਕੰਮ ਕਰਕੇ ਆਤੇ ਕੈਂਡਲ ਮੋਮਬੱਤੀ ਮੋਮਬੱਤੀ ਦੀ ਸਮਝ ਨਹੀਂ ਆਉਂਦੀ ਮੈਮ ਹਜੇ ਓਕੇ ਹੋ ਰਿਹਾ ਤੁਸੀਂ ਥੋੜ੍ਹਾ ਜਿਹਾ ਮੋਮਬੱਤੀ ਕੀ ਹੁੰਦੀ ਹੈ ਮੈਂ ਦੱਸਾਂ ਨਹੀਂ ਆ ਗਿਆ ਟਰੈਕ ਤੇ ਕੰਮ ਆ ਗਿਆ ਮੈਂ ਗਿਆ ਵੀ ਬਸ ਚੁੱਪ ਬਾਈ ਬਾਬਾ ਦੱਸਾਂ ਮੋਮਬੱਤੀ ਕਿਹੜੀ ਤੈਨੂੰ ਹੈ ਵੱਡਾ ਐਮ ਤੇ ਮੰਤ ਤੇ ਤੈਨੂੰ ਮੈਂ ਦੱਸਾਂ ਦੱਲਿਆ ਜੁੱਤੀ ਹੈ ਮੈਡਮ ਜੀ ਆਸ਼ੀਰਵਾਦ ਹੋ ਜੀ ਅਤੇ ਬਹੁਤ ਵਧੀਆ ਲੱਗਿਆ ਜੀ ਟੀਚਰਸ ਨਾਲ ਗੱਲ ਕਰਕੇ ਅਤੇ ਹੁਣ ਆਪਾਂ ਬੈਕ ਟੂ ਪਿੱਛੇ ਵਾਲਾ ਮੋੜ ਯਾਨੀ ਕਿ ਫਨ ਵਾਲਾ ਮੋੜ ਅਤੇ ਹੁਣ ਆਪਾਂ ਕਰਦੇ ਹਾਂ ਫਿਰ ਕਿੱਦਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੇਅਰ ਕੱਟ ਹੈ ਥੈਂਕ ਯੂ ਸਰ ਕਿਹੜਾ ਕੀ ਕਹਿੰਦੇ ਨਾਈ ਨੂੰ ਕੀ ਕਿਹਾ ਵੀ ਕੀ ਕਰਦੇ ਉਹ ਸਰ ਕੀ ਗਲਤੀ ਨਾ ਕਰਤਾ ਉਹਨੇ ਗਲਤੀ ਨਾ ਕਰਤਾ ਸਰ ਉਹਨੇ ਫਿਰ ਕਿਹਾ ਕਿ ਇਹ ਜਾਇਦਾ ਕੰਮ ਹੈ ਥੈਂਕ ਯੂ ਸਰ ਹਾਂਜੀ ਹਾਂਜੀ ਵਧੀਆ ਲੱਗਦੇ ਹੋ ਵਧੀਆ ਲੱਗਦੇ ਹੋ ਹਾਂ ਠੰਡ ਹਨਾ ਕਾਫੀ ਖਾਸੀ ਹੈ ਹਾਂਜੀ ਠੰਡ ਵਾਧੂ ਹੈ ਜੀ ਠੰਡ ਵਾਧੂ ਹੈ ਵਾਧੂ ਹੈ ਤੇ ਸੁਣਾਓ ਫਿਰ ਸ਼ਾਇਰੀ ਕੋਈ ਗੀਤ ਹਾਂਜੀ ਸਰ ਸ਼ੇਰੋ ਸ਼ਾਇਰੀ ਦਾ ਸ਼ੌਂਕ ਆ ਮਾਈਕ ਫੜ ਲੋਗੇ ਹੁਣ ਠੰਡ ਚ ਮੈਨੂੰ ਵੀ ਪੜਾਈ ਇੱਕ ਆਪਣੇ ਮੈਡਮ ਹੁੰਦੇ ਸੀ M3 ਦੇ ਬਹੁਤ ਵਧੀਆ ਬੜੇ ਕਲਾਸੀਫਾਈ ਮੈਡਮ ਇਹ ਹੁਣ ਪਤਾ ਲੱਗਦਾ ਜਿਵੇਂ ਮਿਹਨਤ ਹੋਣੀ ਨਾ ਬਹੁਤ ਕਿਤਰਾ ਹਾਂਜੀ ਹਾਂਜੀ ਆਂ ਤੋਂ ਫਿਰ ਗੁਲੇ ਗੁਲਜ਼ਾਰ ਹੋ ਆਪ ਫੂਲੋ ਕੀ ਬਹਾਰ ਹੋ ਆਪ ਸ਼ਬਨਮ ਕੀ ਪਹਿਲੀ ਬੌਛਾਰ ਹੋ ਆਰ ਔਰ ਹਮਾਰੇ M3 ਕੇ ਲੈਕਚਰ ਕੇ ਲੈਕਚਰਾਰ ਹੋ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਖਿੱਚ ਕੇ ਜਾਵਾ ਇਹਨੂੰ ਮੜਿਆ ਕੋਲ ਫੜੋ ਪਤਾ ਲੱਗਿਆ ਨੌ ਜੇ ਦਿਖਾਓ ਐਂ ਜੇ ਕਰ ਦਿਓ ਮੜੇ ਵਧਾਏ ਤੁਸੀਂ ਰਖਾਓ ਆ ਰੰਗ ਜਿਹਾ ਟੀਵੀ 'ਤੇ ਦਿਖਾਓ ਇਹਨੂੰ ਹੈ ਪਤਾ ਲੱਗੇ ਰੁਪਈਏ 40 ਲਾਏ ਨੇਲ ਪੇਂਟ ਦੇ ਨੌ ਪਾਲਿਸ਼ ਲਈ ਹੈ ਹੋਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਅੰਮ੍ਰਿਤਸਰ ਸਿਟੀ ਸਿਟੀ ਅੱਛਾ ਆਪਣਾ ਤੁਸੀਂ ਇੰਟਰੋਡਕਸ਼ਨ ਦੇਣੀ ਹੈ ਕਿਹਦੀ ਆਪਣੀ ਹਾਂਜੀ ਹੋਰ ਕਿਸੇ ਦੀ ਨਹੀਂ ਪੰਜ ਲਈ ਨਾ ਬੋਲਣੀ ਹੈ ਕਿ ਮੇਰਾ ਨਾਮ ਤੁਹਾਡਾ ਨਾਮ ਕੀ ਹੈ ਰਵਨੀਤ ਕੌਰ ਹਾਂ ਸੇਮ ਨੇਮ ਹੋ ਗਿਆ ਕੰਮ ਵੀ ਮੇਰਾ ਨਾਮ ਰਵਨੀਤ ਕੌਰ ਮਗਰ ਲਾਉਣਾ ਅੰਮ੍ਰਿਤਸਰੀ ਨਾਨ ਓਕੇ ਠੀਕ ਹੈ ਜੀ ਮੇਰਾ ਨਾਮ ਮੇਰਾ ਨਾਮ ਅੰਮ੍ਰਿਤਸਰੀ ਨਾਨ ਨਹੀਂ
ਮੇਰਾ ਨਾਮ ਰਵਨੀਤ ਕੌਰ ਅੰਮ੍ਰਿਤਸਰੀ ਨਾਨ ਹਾਂਜੀ ਮੇਰਾ ਨਾਮ ਹੈ ਰਵਨੀਤ ਕੌਰ ਅੰਮ੍ਰਿਤਸਰੀ ਨਾਨ ਮੈਂ ਟ੍ਰਿਪਲ ਈ ਡਿਪਾਰਟਮੈਂਟ ਦੀ ਸਟੂਡੈਂਟ ਹਾਂ ਮੈਨੂੰ ਮੇਰਾ ਕਾਲਜ ਬਹੁਤ ਵਧੀਆ ਲੱਗਦਾ ਅੰਮ੍ਰਿਤਸਰ ਤੇ ਮੈਨੂੰ ਘੁੰਮਣਾ ਬਹੁਤ ਪਸੰਦ ਹੈ ਅੰਮ੍ਰਿਤਸਰ ਕੀ ਗਾਣਾ ਮੈਨੂੰ ਪਤਾ ਲੱਗਿਆ ਤੁਸੀਂ ਫੋਕ ਵਧੀਆ ਗਾਉਂਦੇ ਹੋ ਓ ਮੱਖਣ ਤੇ ਸੰਦੂਰ ਰੰਗ ਮਾਈਏ ਦਾ ਸ਼ਾਵਾ ਰੰਗ ਮਾਈਏ ਦਾ ਮੱਖਣ ਤੇ ਸੰਦੂਰ ਰੰਗ ਮਾਈਏ ਦਾ ਸ਼ਾਵਾ ਰੰਗ ਮਾਈਏ ਦਾ ਇੱਕ ਮੇਰੀ ਸੱਸ ਨੀ ਬੁਰੀ ਹਾਏ ਸੱਸ ਨੀ ਬੁਰੀ ਮੈਥੋਂ ਮੰਮੀ ਜੀ ਅਖਵਾਵੇ ਮੈਥੋਂ ਆਖਿਆ ਨਾ ਜਾਵੇ ਉਹ ਬੁੜੀਏ ਨਿਕਲ ਜਾਵੇ ਰੰਗ ਮਾਈਏ ਦਾ ਮੱਖਣ ਤੇ ਸੰਦੂਰ ਰੰਗ ਮਾਈਏ ਦਾ ਸ਼ਾਵਾ ਰੰਗ ਮਾਈਏ ਦਾ ਗੁੰਗਾ ਬੰਦਾ ਵਾ ਕਿ ਉਹ ਪਾਣੀ ਕਿਸ ਤਰ੍ਹਾਂ ਮੰਗੂਗਾ ਮੈਂ ਗੁੰਗਾ ਨਾ ਗੁੰਗਾ ਜਿਹੜਾ ਮਰਜ਼ੀ ਹੋਵੇ ਤੁਸੀਂ ਇਹ ਦੱਸਣਾ ਕਿ ਗੁੰਗਾ ਬੰਦਾ ਪਾਣੀ ਕਿੱਦਾਂ ਮੰਨੂਗਾ ਬੋਲ ਸਕਦਾ ਹੁੰਦਾ ਵੀ ਹਥਿਆਰ ਵੱਡੇ ਵੀ ਹੈਗੇ ਆ ਹਾਂ ਵੀ ਰਵਨੀਤ ਸਿਆ ਤੂੰ ਹੀ ਕੁਛ ਨਹੀਂ ਹੈਗਾ ਸੋ ਬਾਈ ਇਹ ਪਹਿਲੀ ਵਾਰ ਹੋਇਆ ਐਪੀਸੋਡ 'ਚ ਆਉਣਾ ਬਾਈ ਨਾ ਮੈਂ ਵੀ ਸੋਚਿਆ ਵੀ ਅੰਨਾ ਕੈਂਚੇ ਬਹੁਤ ਵਧੀਆ ਬਾਈ ਸੋ ਮਜ਼ਾ ਆਉਂਦਾ ਯਾਰ ਮਜ਼ਾ ਆਉਂਦਾ ਫਨ ਹੁੰਦਾ ਹੈ ਨਾ ਅੱਛਾ ਤਾਂ ਹੀ ਬਾਈ ਕਹਿੰਦੇ ਸੀਗਾ ਯਾਰ ਦੋ ਚਾਰ ਗੱਲਾਂ ਕਰਨੀਆਂ ਮੈਂ ਸੋਚਿਆ ਪਤਾ ਨਹੀਂ ਕਿਹੜੀਆਂ ਗੱਲਾਂ ਕਰਨੀਆਂ ਬਹੁਤ ਵਧੀਆ ਇੱਕੋ ਹੀ ਦੋ ਤਿੰਨ ਹੋਰ ਕਰੀਏ ਕਰੀਏ ਹੁਣ ਮੈਂ ਥੋੜ੍ਹਾ ਜਿਹਾ ਪੂਰਾ ਐਕਟਿਵ ਹੋਣਾ ਪੂਰਾ ਧਿਆਨ ਨਾਲ ਸੁਣਨਾ ਵੀ ਅੰਨਾ ਕੈਂਚੀ ਤੇ ਗੁੰਗਾ ਕੈਂਚੀ ਹੈ ਧਿਆਨ ਨਾਲ ਪਹਿਲਾਂ ਤਾਂ ਉਹੀ ਲੱਗ ਗਿਆ ਵੀ ਬਾਈ ਉਹੀ ਆਇਆ ਪਿੰਡੋਂ ਕੈਂਚੀ ਹੈਗਾ ਹਾਂਜੀ ਤੇ ਬਾਕੀ ਸਰ ਮੈਂ ਇਹਨਾਂ ਸਾਰੇ ਆਪਣੇ ਫਰੈਂਡਸ ਨੂੰ ਦੱਸਣਾ ਚਾਹੁੰਦਾ ਇਹਨਾਂ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਜਿਹੜਾ ਕਿ ਸਰਤਾਜ ਸਿੰਗਰ ਹੈ ਇੱਕ ਹਨਾ ਆਪਣੇ ਤੇ ਉਹਨਾਂ ਨੇ ਇੱਕ ਜ਼ਿਕਰ ਤੇਰਾ ਗਾਣਾ ਜਿਹੜਾ ਬੋਲਿਆ ਕਿ ਉਹ ਵੀ ਮੈਂ ਲਿਖਿਆ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰਾਤੀ ਆ ਰਿਹਾ ਟੀਵੀ ਤੇ ਮੈਂ ਲਿਖ ਲਿਆ ਦਰਵਾਜ਼ਾ ਖੜਕਾਉਂਦੇ ਜੀ ਉਹ ਇੱਕ ਅੰਦਰੋਂ ਨਿਕਲਦਾ ਉਹਦੇ ਹੱਥ ਚਮਚ ਹੁੰਦਾ ਇੱਕ ਬੰਦਾ ਨਿਕਲਦਾ ਉਹਦੇ ਹੱਥ ਚਮਚ ਹੁੰਦਾ ਅੰਨਾ ਗੁੰਗਾ ਕੁਛ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਬੰਦੇ ਆਏ ਬਾਈ ਹਾਂਜੀ ਹਾਂਜੀ ਉਹਦੇ ਹੱਥ ਚ ਚਮਚ ਹੁੰਦਾ ਤੁਸੀਂ ਕਹਿੰਦੇ ਅੱਛਾ ਅੱਛਾ ਚਲੋ ਖਾਣਾ ਖਾ ਰਹੇ ਚਲੋ ਮੈਂ ਬਾਅਦ ਚ ਆ ਜਾਣਾ ਅੱਛਾ ਮੈਂ ਕਹਿ ਰਿਹਾ ਵੀ ਮੈਂ ਕਹਿ ਰਿਹਾ ਉਹ ਬੰਦਾ ਕਹਿੰਦਾ ਯਾਰ ਤੂੰ ਚਲੇ ਕੋਈ ਜਾਣਾ ਵਾ ਇੱਧਰ ਖਲੋ ਯਾਰ ਗੱਲ ਦੱਸ ਕੱਲ ਹੀ ਆਨਾ ਵਾਰ ਵਾਰ ਤੁਸੀਂ ਕਹਿ ਰਹੇ ਯਾਰ ਤੁਸੀਂ ਖਾਣਾ ਖਾ ਰਹੇ ਹੋ ਤੁਹਾਡੇ ਹੱਥ ਚਮਚ ਆ ਉਹ ਕਹਿੰਦਾ ਯਾਰ ਚਮਚ ਨਹੀਂ ਆ ਸਾਡੀ ਕੁੰਡੀ ਟੁੱਟੀ ਮੈਂ ਤੇ ਉਹ ਚ ਲਗਾਇਆ ਬਹੁਤ ਵਧੀਆ ਯਾਰ ਜੇ ਤੁਸੀਂ ਚਾਹੋ ਤਾਂ ਇੱਕ ਗੱਲ ਹੋਰ ਕਰ ਸਕਦੇ ਇੱਕ ਆਪਣਾ ਫਰੈਂਡ ਹੈਗਾ ਇਹ ਸਾਰੀਆਂ ਗੱਲਾਂ ਅਸੀਂ ਆਪਣੇ ਭਰਾ ਤੇ ਲਗਾਈ ਦੀਆਂ ਵੈਸੇ ਅੱਛਾ ਅੱਛਾ ਆ ਦਾਦਾ ਨੂੰ ਕਹਾ ਸਰ ਇਹ ਆਪਣਾ ਭਰਾ ਹਾਂ ਗੁੱਡ ਗੁੱਡ ਤੁਸੀਂ ਡਾਕਟਰ ਜੀ ਹਾਂ ਠੀਕ ਹੈ ਆਪਣਾ ਭਰਾ ਜੋ ਹਾਂ ਪੇਸ਼ੈਂਟ ਡਾਕਟਰ ਬਣਾਤਾ ਆ ਆ ਪੇਸ਼ੈਂਟ ਆ ਬਿਲਕੁਲ ਆ ਪੇਸ਼ੈਂਟ ਆ ਇਹ ਪੇਸ਼ੈਂਟ ਤੁਹਾਡੇ ਕੋਲ ਜਾ ਰਿਹਾ ਡਾਕਟਰ ਕੋਲ ਠੀਕ ਆ ਇਹ ਕਹਿੰਦਾ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਮੈਂ ਠੀਕ ਨਹੀਂ ਆ ਤੇ ਕੋਈ ਇਹਦਾ ਇਲਾਜ ਦੱਸੋ ਤੁਸੀਂ ਪੁੱਛਦੇ ਹਾਂਜੀ ਕੀ ਗੱਲ ਆ ਦੱਸਣ ਲੱਗਾ ਤੁਸੀਂ ਕਹਿੰਦੇ ਯਾਰ ਕੀ ਗੱਲ ਹੋਈ ਕਿ ਠੀਕ ਨਹੀਂ ਕਹਿੰਦਾ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਕਿ ਮੈਨੂੰ ਨਾ ਭੁੱਖ ਨਹੀਂ ਲੱਗਦੀ ਤੇ ਤੁਸੀਂ ਸਿੰਪਲ ਜਿਹਾ ਹਾਲ ਦੱਸਦੇ ਜੀ ਉਹਨੂੰ
ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਆਪਣੀ ਰੋਟੀ ਮੈਨੂੰ ਦੇ ਜਾ ਕਰ ਤੁਸੀਂ ਪੇਸ਼ੈਂਟ ਜੀ ਠੀਕ ਹੈ ਤੁਸੀਂ ਜਾਂਦੇ ਇੱਕ ਡਾਕਟਰ ਕੋਲ ਠੀਕ ਹੈ ਠੀਕ ਹੈ ਤੁਸੀਂ ਡਾਕਟਰ ਨੂੰ ਕਹਿੰਦੇ ਡਾਕਟਰ ਸਾਹਿਬ ਇਸ ਤਰ੍ਹਾਂ ਮੈਂ ਨਾ ਠੀਕ ਨਹੀਂ ਹਾਂ ਅਤੇ ਮੇਰਾ ਦੱਸੋ ਕੋਈ ਇਲਾਜ ਇਹਦਾ ਡਾਕਟਰ ਪੁੱਛਦਾ ਕਿ ਹਾਂਜੀ ਕੀ ਗੱਲ ਤੁਸੀਂ ਕੋਈ ਆਪਣੀ ਪ੍ਰੋਬਲਮ ਦੱਸ ਦਿੰਦੇ ਡਾਕਟਰ ਤੁਹਾਨੂੰ ਨਾ ਦਵਾਈ ਦੇ ਦਿੰਦਾ ਠੀਕ ਆ ਪੀਣ ਵਾਲੀ ਉਹ ਕਹਿੰਦਾ ਕਿ ਇਸ ਤਰ੍ਹਾਂ ਦੋ ਚਮਚ ਸਵੇਰੇ ਦੋ ਦੁਪਹਿਰੇ ਦੋ ਸ਼ਾਮੀ ਅਤੇ ਦੋ ਰਾਤੀ ਤੁਸੀਂ ਕਹਿੰਦਾ ਨਹੀਂ ਯਾਰ ਡਾਕਟਰ ਸਾਹਿਬ ਅਸੀਂ ਨਹੀਂ ਲੈਣੀ ਸਾਡੇ ਕੋਲ ਇੰਨੇ ਚਮਚ ਨਹੀਂ ਹੈਗੇ ਬਹੁਤ ਵਧੀਆ ਬਹੁਤ ਵਧੀਆ ਅਤੇ ਇਹ ਜ਼ਰੂਰ ਹੈ ਨਾ ਕਲਾ ਇਹ ਵੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਂਦੀ ਕਿੱਦਾਂ ਜੀ ਵਧੀਆ ਤੁਸੀਂ ਕੀ ਨਾਂ ਕੀ ਆਪਣਾ ਪ੍ਰਿਯੰਕਾ ਪ੍ਰਿਯੰਕਾ ਨਾਂ ਬੜਾ ਨਾ ਪ੍ਰਿਯੰਕਾ ਐਂ ਲੱਗਦਾ ਜਿਵੇਂ ਪਤਲੀ ਜੀ ਹੋ ਗਈ ਪ੍ਰਿਯੰਕਾ ਇੱਧਰ ਪ੍ਰਿਯੰਕਾ ਜੀ ਹਾਂਜੀ ਗੀਤ ਆਉਂਦਾ ਪ੍ਰਿਯੰਕਾ ਕੀ ਆਉਂਦਾ ਜੀ ਪੜ੍ਹਨਾ ਹੁੰਦਾ ਪੜ੍ਹਨਾ ਹੁੰਦਾ ਫਿਰ ਪੜ੍ਹਾਓ ਜੀ ਫਿਰ ਮੈਂ ਥੋੜ੍ਹਾ ਸਟੂਡੈਂਟ ਹੋ ਗਿਆ ਥੋੜ੍ਹਾ ਪ੍ਰਿਯੰਕਾ ਮੈਡਮ ਪ੍ਰਿਯੰਕਾ ਮੈਡਮ ਹਾਂਜੀ ਮੈਡਮ ਜੀ ਚਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂ ਜੈਕਟ ਮਾਈ ਸੋਹਣੀ ਮਾਈ ਮੈਡਮ ਜੀ ਮੈਡਮ ਜੀ ਪੜ੍ਹਾਓ ਫਿਰ ਅੱਜ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਰਵਨੀਤ ਅੱਛਾ ਕਿਹੜੀ ਪੜ੍ਹੋਗੇ ਮੈਂ ਨਾ ਤੁਹਾਡੇ ਐਡਮਿਸ਼ਨ ਲਈ ਮੈਂ ਆਪਣੇ ਖਰਚੇ ਆਏ ਥੇ ਦਿੱਤਾ ਪੈਸਾ ਤੁਸੀਂ ਪੜ੍ਹਾਉਣਾ ਜੇ ਪੜ੍ਹਾਉਣਾ ਤੇ ਮੈਂ ਹੀ ਹੋ ਆ ਪੜ੍ਹਨ ਵਾਲੇ ਹੈਗੇ ਹੋ ਪੜ੍ਹਨ ਪੜ੍ਹਨ ਆਏ ਮੈਂ ਹੋਣ ਕੀ ਕਰਨਾ ਇਹ ਤੇ ਪੜ੍ਹਾਓ ਮੈਂ ਸਮਝਾਓ ਕੁਝ ਮੈਡਮ ਜੀ ਅੱਜ ਪਹਿਲਾ ਚੈਪਟਰ ਸਮਝਾਓ ਫਿਰ ਅੱਜ ਪਹਿਲਾ ਚੈਪਟਰ ਸਬਜੈਕਟ ਦਾ ਨਾਮ ਪਤਾ ਦੱਸੋ ਮੈਨੂੰ ਤੁਸੀਂ ਮੈਂ ਤੁਸੀਂ ਸਾਹਿਬ ਤੋਂ ਮੈਂ ਨਹੀਂ ਮੈਂ ਨਵਾਂ ਆਇਆ ਅੱਜ ਔਖਾ ਜਾਪਣ ਡਿਆ ਕੰਮ ਹੈ ਚਲੋ ਮੈਂ ਲੁੱਡੋ ਖੇਡੀਆ ਲੁੱਡੋ ਲੁੱਡੋ ਛੱਡੋ ਕੀ ਪੜ੍ਹਨਾ ਮੈਂ ਲੁੱਡੋ ਖੇਡੀਆ ਅੱਕੜ ਬੱਕੜ ਮੁੰਡੇ ਬੋਲਣਾ ਛੱਡੋ ਠੀਕ ਹੈ ਬਹੁਤ ਲੱਗੇ ਗੱਲ ਕਰਕੇ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਜੀ ਮਿਸਟਰ ਫਰੈਸ਼ਰ ਬਣੇ ਹੋ ਜੀ ਲਾਸਟ ਈਅਰ ਪਟਿਆਲਾ ਜੀ ਪਾ ਕੇ ਜਾ ਚਲੀ ਹਾਂਜੀ ਵਿਜ ਜੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਰੀਅਲੀ ਯੋਰ ਪਰਫਾਰਮੈਂਸ ਰੀਅਲੀ ਐਪਰੀਸ਼ੀਏਟਿਡ ਅੰਗਰੇਜ਼ੀ ਤੇਰੀ ਬਹੁਤ ਮੇਰੇ 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 ਐਫਵੀ ਮੇਰੇ ਐਫਵੀ ਫਰੈਂਡਸ ਹੈਗੇ ਨੇ ਕੁਝ ਪਾਕਿਸਤਾਨ ਤੋਂ ਲਾਹੌਰ ਤੋਂ ਹਾਂਜੀ ਉਹ ਕਹਿੰਦੇ ਕਿ ਇਹਦੀਆਂ ਨਾ ਯੂਟਿਊਬ ਤੇ ਜਿੰਨੇ ਲਿੰਕ ਲੱਭਦੇ ਨਾ ਇਹਦੇ ਸੈਂਡ ਕਰ ਦਿਆ ਕਰ ਹਾਏ ਹਾਏ ਥੈਂਕ ਯੂ ਬਾਈ ਬਹੁਤ ਲੱਗਿਆ ਤੇ ਨਹੀਂ ਸੱਚੀ ਮਤਲਬ ਕਿ ਆਫਟਰ ਕਪਿਲ ਸ਼ਰਮਾ ਅਗਰ ਕਿਸੇ ਸਟੇਜ ਬਣਾਉਣ ਦੀ ਪਰਫਾਰਮੈਂਸ ਹੈਗੀ ਉਹ ਤੁਹਾਡੇ ਜੀ ਨਹੀਂ 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 ਬਾਈ ਬਹੁਤ ਉੱਚਾ ਨਹੀਂ ਤੁਹਾਡੇ ਕਰਕੇ ਆ ਬਾਈ ਤੁਹਾਡੇ ਕਰਕੇ ਆ ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ ਇੱਕ ਜ਼ਿੰਮੇਵਾਰੀ ਵੀ ਵੱਧਦੀ ਹੈ ਜਦੋਂ ਕੋਈ ਐਂ ਕਹਿੰਦਾ ਨਾ ਕਿ ਬਾਈ ਤੂੰ ਬਹੁਤ ਹੀ ਵਧੀਆ ਇੱਕ ਜ਼ਿੰਮੇਵਾਰੀ ਬਹੁਤ ਵੱਧਦੀ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਊਂਗਾ ਮੈਂ ਹਨਾ ਥੈਂਕ ਯੂ ਬਾਈ ਬਹੁਤ ਹੀ ਲੱਗੇ ਤੇ ਗਾਣਾ ਸੁਣਾਓ ਫਿਰ ਇੱਕ ਹੁਣ ਮੇਰੇ ਕਰਕੇ ਗੀਤ ਉਹ ਪਟਿਆਲਾ ਸ਼ਾਹੀ ਪੱਗੀ ਉਹ ਤਮੋਸ਼ਲ ਹੋ ਗਈ ਅੱਗ ਤੋੜ ਵੇਖ ਸਰਦਾਰ ਵੀ ਜ਼ਿੰਮੇਵਾਰੀ ਬਹੁਤ ਹੈ ਬਹੁਤ ਜ਼ਿਆਦੀ ਸਰ ਪ੍ਰਧਾਨ ਸਾਹਿਬ ਬਹੁਤ ਜ਼ਿਆਦੀ ਹੈ ਕੀੜਾ ਬਹੁਤ ਹੁੰਦਾ ਪ੍ਰਧਾਨ ਕੀ ਦਾ ਹੈ ਕੀੜਾ ਤੇ ਬਹੁਤ ਹੁੰਦਾ ਹੈ ਪਰ ਜਦੋਂ ਪੈਸੇ ਲੱਗਦੇ ਉਦੋਂ ਸਭ ਕੁਝ ਆਉਣ ਹੋ ਜਾਂਦਾ ਕੀੜਾ ਵੀ ਨਿਕਲ ਜਾਂਦਾ ਉਦੋਂ ਬਹੁਤ ਵਧੀਆ ਬਹੁਤ ਵਧੀਆ ਤੇ ਪ੍ਰਧਾਨਗੀ ਸਾਰੇ ਚੜ੍ਹਦੀ ਕਲਾ 'ਚ ਰਹੇ ਗੋਡ ਬਲੈਸ ਯੂ ਵੀਰੇ ਵੱਲੇ ਕੀ ਨਾਂ ਕੀ ਜੀ ਰੇਨੂ ਰੇਨੂ ਅੱਖਾਂ ਜਾਂਦੇ ਅੰਮ੍ਰਿਤਸਰ ਠੀਕ ਹੈ ਕਿਹੜਾ ਯੀਅਰ ਆਪਣਾ ਇੱਥੇ ਸੈਕਿੰਡ ਯੀਅਰ ਉਹ ਅੱਖਾਂ ਫੇਰ ਬੰਦ ਹੋਈ ਨਾ ਸੈਕਿੰਡ ਯੀਅਰ ਠੀਕ ਹੈ ਠੀਕ ਹੈ ਠੀਕ ਹੈ ਤੇ ਕਿਹੜਾ ਡਿਪਾਰਟਮੈਂਟ ਕਿਹੜਾ BCA ਉਹ ਆਏ ਫਿਰ ਉਹ ਹੀ ਅੱਖਾਂ ਬੰਦ ਟਾਪਸ ਟੂਪਸ ਵੀ ਪਾਏ ਹੈ ਅੱਛਾ ਗੀਤ ਉਹਦੇ ਬੰਦ ਜੀ ਬੰਦਾ ਬਣ ਜਾ ਦਿਲਾ ਦੇ ਆ ਜਾਨੀਆਂ ਮੈਂ ਤੇਰੇ ਨਵੇਂ ਆਈ ਹੋਈਆਂ ਬੰਦਾ ਬਣ ਜਾ ਦਿਲਾ ਦੇ ਆ ਜਾਨੀਆਂ ਮੈਂ ਤੇਰੇ ਨਵੇਂ ਆਈ ਹੋਈਆਂ ਇੱਕੋ ਜੁਨੀ ਨਾਲ ਮੈਂ ਤਾਂ ਕੱਟੇ ਤਿੰਨ ਸਾਲ ਵੇ ਗੁਲਾਬੀ ਜਰਾਬ ਪਾਈ ਹੋਈ ਹੁਣ ਬੋਲੀਆਂ ਸੁਣ ਲਈਆਂ ਨਾ ਕੁੜੀਆਂ ਨਹੀਂ ਸੀਗੀਆਂ ਥੜੀਆਂ ਬਾਜਣਾ ਪਿੱਪਲ ਸੋਂਦੇ ਥੜੀਆਂ ਬਾਜਣਾ ਪਿੱਪਲ ਫੁੱਲਾਂ ਬਾਜ ਕਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੋਂ ਬਲ 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 ਸੱਗੀ ਫੁੱਲ ਸਿਰਾਂ ਤੇ ਸੋਂਦੇ ਪੈਰੀ ਜਾਂਦਰਾ ਪਾਈਆਂ ਤੂਪੇ ਦਰਨੀਆਂ ਬਣ ਕੇ ਮਿਲਣਾ ਆਈਆਂ ਤੂਪੇ ਦਰਨੀਆਂ ਬਣ ਕੇ ਮਿਲਣਾ ਆਈਆਂ ਤੂਪੇ ਦਰਨੀਆਂ ਹਾ ਸੁਥਣੀ ਨੀ ਸੂਪਤੀ ਮੈਂ ਕਿ ਸੁਥਣੀ ਨੀ ਸੂਪਤੀ ਵਿੱਚ ਨਾਲਾਂ ਕੁੰਗਰੂਆਂ ਵਾਲਾ ਕੁੰਗਰੂਆਂ ਵਾਲਾ ਦੋ ਚਾਰ ਥੱਪੜ ਜੱਟੇ
ਬਈ ਆਉਂਦੀ ਦੇ ਦੋ ਚਾਰ ਥੱਪੜ ਚੜ੍ਹਤੇ ਮਗਰੋਂ ਮਾਰ ਗਿਆ ਚਾਪਾ ਤੇ ਮੇਰਾ ਅੰਤ ਲਿਆ ਸਹਿਜਲੀਨ ਦਿਆ ਪਾਪਾ ਤੇ ਮੇਰਾ ਅੰਤ ਲਿਆ ਸਹਿਜਲੀਨ ਦਿਆ ਪਾਪਾ ਤੇ ਸੋ ਮਾਝੇ ਦੀਆਂ ਜੱਟੀਆਂ ਨੇ ਪਾਏ ਜੀ ਕਿੱਦਾਂ ਨਾਲੇ ਪਾਈਆਂ ਬੋਲੀਆਂ ਸੋ ਬਹੁਤ ਵਧੀਆ ਲੱਗਿਆ ਜੀ ਫਨ ਕਰਕੇ ਇਹ ਸੀਗਾ ਜੀ ਸਫ਼ਰ ਸਤਿਅਮ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦਾ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮੰਡੀਰ ਨਾਲ ਮਿਲਾਂਗੇ ਕੀਪ ਵਾਚਿੰਗ ਕੀਪ ਲਵਿੰਗ ਕੰਟੀਨਿਊ ਮੰਡੀਰ थैंक्स फॉर वॉचिंग कंटीन्यू मंडीर और MHONE कंटीन्यू मंडीर के इस यूट्यूब चैनल में तुसी सब्सक्राइब करो ताकि अगले शोज की जो नोटिफिकेशन हैगी है वो थोड़ा मिलती रहे थैंक यू सो मच